ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੇਖ ਰਹੇ ਹੋ ਪੋਲਿਟਿਕਸ ਪੰਜਾਬ ਸਕਾਈ 774 ਮੈਂ ਤੁਹਾਡਾ ਹੋਸਟ ਜਗਜੀਤ ਸਿੰਘ ਪ੍ਰੋਗਰਾਮ ਕਰੰਟ ਅਫੇਅਰਸ ਲੈ ਕੇ ਹਾਜ਼ਰ ਆਂ ਆ ਪ੍ਰੋਗਰਾਮ ਕਰੰਟ ਅਫੇਅਰਸ ਦੇ ਵਿੱਚ ਅਸੀਂ ਤੱਥਾਂ ਦੇ ਆਧਾਰ ਦੇ ਉੱਪਰ ਖਬਰਾਂ ਤੁਹਾਡੇ ਨਾਲ ਡਿਸਕਸ ਕਰਦੇ ਆਂ ਕਿਸੇ ਵੀ ਤਰ੍ਹਾਂ ਦੀ ਵਾਇਲੈਂਸ ਨੂੰ ਨਾ ਤੇ ਪ੍ਰਮੋਟ ਕਰਦੇ ਆਂ ਨਾ ਹੀ ਪ੍ਰੋਵੋਕ ਕਰਦੇ ਆਂ ਔਰ ਤੱਥਾਂ ਦੇ ਆਧਾਰ ਦੇ ਉੱਪਰ ਖਬਰਾਂ ਜਿਹੜੀਆਂ ਉਹ ਅਸੀਂ ਤੁਹਾਡੇ ਤੱਕ ਲੈ ਕੇ ਆਉਂਦੇ ਆਂ ਅ ਅੱਜ ਦੀਆਂ ਜਿਹੜੀਆਂ ਖਾਸ ਖਬਰਾਂ ਜਿਹੜੀਆਂ ਕਿ ਪੰਜਾਬ ਦੇ ਨਾਲ ਸੰਬੰਧਤ ਹੈਗੀਆਂ ਹਿੰਦੁਸਤਾਨ ਦੇ ਜੁਤੀਏ ਸੂਬਿਆਂ ਦੇ ਨਾਲ ਸੰਬੰਧਤ ਹੈਗੀਆਂ ਔਰ ਅ ਪਰਦੇਸ ਦੇ ਵਿੱਚੋਂ ਜੇ ਅਸੀਂ ਗੱਲ ਕਰੀਏ ਤੇ ਯੂਕਰੇਨ ਦੇ ਨਾਲ ਅਤੇ ਅ ਬ੍ਰਿਟੇਨ ਦੇ ਨਾਲ ਵੀ ਖਬਰਾਂ ਆਪਣੇ ਕੋਲ ਅੱਜ ਜਿਹੜੀਆਂ ਅਸੀਂ ਤੁਹਾਡੇ ਨਾਲ ਡਿਸਕਸ ਕਰਾਂਗੇ ਸੋ ਪਹਿਲੀ ਖਬਰ ਜਿਹੜੀ ਆ ਉਹ ਅਸੀਂ ਗੁਜਰਾਤ ਦੇ ਦੰਗਿਆਂ ਦੇ ਨਾਲ ਸੰਬੰਧਤ ਕਰਾਂਗੇ ਆ ਗੁਜਰਾਤ ਦੰਗਿਆਂ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਹੋਰਾਂ ਨੂੰ ਕਲੀਨ ਚਿੱਟ ਤੇ ਜਾਕੀਆ ਦੀ ਪਟੀਸ਼ਨ ਖਾਰਜ ਹੋਣ ਤੇ ਉਠਾਏ ਗਏ ਸਵਾਲ ਆ ਸਾਬਕਾ ਕਾਂਗਰਸ ਸੰਸਦ ਮੈਂਬਰ ਜਿਹੜੇ ਸੀਗੇ ਆ ਜਾਫਰੀ ਦੀ ਪਤਨੀ ਜਾਕੀਆ জাফর ਵੱਲੋਂ ਜਿਹੜੀ ਇੱਕ ਪਟੀਸ਼ਨ ਪਾਈ ਗਈ ਸੀ ਉਸ ਤੇ ਉੱਪਰ ਹੁਣ ਸਵਾਲ ਜਿਹੜੇ ਆ ਉਹ ਉਠਾਏ ਗਏ ਆ ਨਰੇਂਦਰ ਮੋਦੀ ਜਿਹੜੇ ਇਸ ਵੇਲੇ ਪ੍ਰਧਾਨ ਮੰਤਰੀ ਹੈਗੇ ਆ ਹਿੰਦੁਸਤਾਨ ਦੇ ਉਹ ਪ੍ਰਧਾਨ ਮੰਤਰੀ ਤੋਂ ਪਹਿਲਾਂ ਗੁਜਰਾਤ ਦੇ ਚੀਫ ਮਿਨਿਸਟਰ ਰਹਿ ਚੁਕੇ ਆ ਮੁੱਖ ਮੰਤਰੀ ਰਹਿ ਚੁਕੇ ਆ ਔਰ ਜਦੋਂ 2002 ਦੇ ਵਿੱਚ ਨਰੇਂਦਰ ਮੋਦੀ ਜਿਹੜੇ ਆ ਗੁਜਰਾਤ ਦੇ ਮੁੱਖ ਮੰਤਰੀ ਦੇ ਤੌਰ ਦੇ ਉੱਪਰ ਸਰਕਾਰ ਦੇ ਵਿੱਚ ਮੁੱਖ ਮੰਤਰੀ ਸੀ ਉਸ ਵੇਲੇ ਗੁਜਰਾਤ ਦੇ ਵਿੱਚ ਦੰਗੇ ਹੋਏ ਸੀ ਮੁਸਲਮਾਨਾਂ ਤੇ ਹਿੰਦੂਆਂ ਦੇ ਵਿੱਚ ਜਿਸ ਦੇ ਵਿੱਚ 1000 ਤੋਂ ਵੱਧ ਮੁਸਲਮਾਨਾਂ ਦੀਆਂ ਜਿਹੜੀਆਂ ਉਹ ਜਾਨਣ ਗਈਆਂ ਸੀ ਔਰ ਉਹਨਾਂ ਦੰਗਿਆਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦਾ ਨਾਮ ਜਿਹੜਾ ਉਹ ਲੱਗਦਾ ਰਿਹਾ ਹਾਲਾਂਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਆ ਭਾਰਤ ਦੇ ਪ੍ਰਧਾਨ ਮੰਤਰੀ ਚੁਣੇ ਜਾਂਦੇ ਆ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਉੱਪਰ ਲੱਗੇ ਇਹ ਜੋ ਇਲਜ਼ਾਮ ਸੀ ਉਹਨਾਂ ਨੂੰ ਖਾਰਜ ਕਰ ਦਿੱਤਾ ਗਿਆ ਸੀ ਹੁਣ ਸੁਪਰੀਮ ਕੋਰਟ ਦੇ ਇੱਕ ਬੈਂਚ ਨੇ 24 ਜੂਨ ਨੂੰ ਆਪਣਾ ਫੈਸਲੇ ਵਿੱਚ 2002 ਦੇ ਗੁਜਰਾਤ ਦੰਗਿਆਂ ਦੀ ਜਾਂਚ ਲਈ ਬਣਾਈ ਐਸਆਈਟੀ ਜਾਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੀ ਰਿਪੋਰਟ ਤੇ ਮੋਹਰ ਲਾ ਦਿੱਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ 60 ਤੋਂ ਜ਼ਿਆਦਾ ਲੋਕਾਂ ਨੂੰ ਜਿਹੜੀ ਆਓ ਕਲੀਨ ਚਿੱਟ ਦੇ ਦਿੱਤੀ ਗਈ ਹੈ ਅਦਾਲਤ ਦਾ ਇਹ ਫੈਸਲਾ ਦੰਗਿਆਂ ਵਿੱਚ ਮਾਰੇ ਗਏ ਸਾਬਕਾ ਕਾਂਗਰਸ ਸੰਸਦ ਮੈਂਬਰ ਜਾਫਰੀ ਦੀ ਪਤਨੀ ਜ਼ਕਰੀਆ ਦੀ ਪਟੀਸ਼ਨ ਤੇ ਆਇਆ ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਅਦਾਲਤ ਨੇ ਆਪਣਾ ਫੈਸਲਾ ਫੈਸਲੇ ਵਿੱਚ ਸਮਾਜਿਕ ਕਾਰਕੁਨਾਂ ਤਸੀਤਾ ਸੀਤਾਵਾਲ ਗੁਜਰਾਤ ਪੁਲਿਸ ਦੇ ਸਾਬਕਾ ਡਾਇਰੈਕਟਰ ਜਨਰਲ ਆਬਰੀ ਸ਼ੁਕਰਮਾਰ ਅਤੇ ਸਾਬਕਾ ACP ਅਧਿਕਾਰੀ ਸੰਜੀਵ ਪਟਦਿਆ ਭੂਮਿਕਾਵਾਂ ਤੇ ਵੀ ਟਿੱਪਣੀ ਕੀਤੀ ਸੀ ਜਿਸ ਤੋਂ ਬਾਅਦ ਗੁਜਰਾਤ ਪੁਲਿਸ ਨੇ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਜਦੋਂ ਪੱਤਰਕਾਰਾਂ ਦੇ ਨਾਲ ਜਾਗਰੀਆ ਜਫਰੀ ਨੇ بیٹے ਨੇ ਤਵਨੀਨ ਨੇ ਜਾਫਰੀ ਨੇ ਪੁੱਛਿਆ ਕਿ ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਪਰਿਵਾਰ ਦਾ ਅਗਲਾ ਕਦਮ ਕੀ ਹੋਵੇਗਾ ਤਾਂ ਹਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਡੀ ਪਹਿਲਾ ਤਰਜੀਹ ਜਿਹੜੀ ਹੈ ਤਸੀਤਾ ਆਬਰੀ ਸ਼ੁਕਰਾਨ ਅਤੇ ਸੰਜੀਵ ਭਟ ਨੂੰ ਜਿਹੜੀ ਆ ਉਹ ਸਜ਼ਾ ਦਿਵਾਉਣ ਦੀ ਹੈ ਉਸ ਤੋਂ ਬਾਅਦ ਫਿਲਹਾਲ ਜਿਆਦਾ ਕੁਝ ਜਿਹੜਾ ਉਹ ਉਹਨਾਂ ਨੇ ਕਿਹਾ ਸੀ ਹੁਣ ਨਹੀਂ ਕਹਿ ਸਕਦੇ ਪਰ ਅਸੀਂ ਸਰਵੋੱਚ ਅਦਾਲਤ ਤੇ ਮੁੜ ਵਿਚਾਰ ਕਰਨ ਦੀ ਬੇਨਤੀ ਜਿਹੜੀ ਆ ਕਰਦੇ ਆ ਤੇ ਟਿੱਪਣੀਆਂ ਹਟਾਉਣ ਤੇ ਅਪੀਲ ਕਰ ਸਕਦੇ ਆ ਅ ਔਰ ਇਸ ਫੈਸਲੇ ਦੇ ਉੱਪਰ ਫੇਰ ਜਿਹੜੀ ਆ ਉਹ ਵਿਚਾਰ ਕੀਤੀ ਜਾ ਸਕਦੀ ਆ ਸੋ ਇਹ ਅ ਤਵਲীন ਜਾਫਰੀ ਜਿਹੜੇ ਹੈਗੇ ਆ ਸਾਬਕਾ ਕਾਂਗਰਸ ਦੇ ਮੈਂਬਰ ਹੈਗੇ ਆ ਉਹਨਾਂ ਦੇ ਪੁੱਤਰ ਹੈਗੇ ਆ ਸੋ ਉਹਨਾਂ ਦੀ ਜਿਹੜੀ ਇੱਕ ਪਟੀਸ਼ਨ ਪਾਈ ਗਈ ਸੀ ਉਸ ਤੇ ਉੱਪਰ ਉਹਨਾਂ ਨੇ ਕਿਹਾ ਜੀ ਕਿ ਫੇਰ ਅਸੀਂ ਸੁਪਰੀਮ ਕੋਰਟ ਦੇ ਕੋਲ ਅਰਜ਼ੀ ਲਾਵਾਂਗੇ ਕਿ ਉਹ ਇੱਕ ਵਾਰ ਫੇਰ ਇਸ ਮਸਲੇ ਨੂੰ ਫੇਰ ਜਾਂਚ ਕਰਨ ਜਿਹੜੀ ਐਐਸਆਈਟੀ ਬਣਾਈ ਆ ਪਰ ਦੂਸਰੇ ਪਾਸੇ ਜਿਹੜੀ ਉਹਨਾਂ ਨੇ ਪਟੀਸ਼ਨ ਪਾਈ ਹੋਈ ਸੀ ਉਹਨਾਂ ਦੀ ਮਾਤਾ ਨੇ ਜਿਹੜੀ ਪਟੀਸ਼ਨ ਪਾਈ ਹੋਈ ਸੀ ਜਾਕੀਆ ਜਾਫਰੀ ਨੇ ਜੋ ਪਟੀਸ਼ਨ ਪਾਈ ਸੀ ਉਸ ਦੀ ਐਐਸਆਈਟੀ ਰਿਪੋਰਟ ਨੂੰ ਜਿਹੜੀ ਚੁਣੌਤੀ ਦੇਣ ਦੀ ਗੱਲਬਾਤ ਕੀਤੀ ਜਾ ਰਹੀ ਸੀ ਉਸ ਤੇ ਉੱਪਰ ਸੁਪਰੀਮ ਕੋਰਟ ਵੱਲੋਂ ਜਿਹੜੀ ਆ ਉਹ ਮੋਹਰ ਲਾ ਦਿੱਤੀ ਗਈ ਉਸ ਨੂੰ ਰੱਦ ਕਰ ਦਿੱਤਾ ਗਿਆ ਸੋ ਇਹ 2002 ਦੇ ਵਿੱਚ ਜਿਹੜੇ ਗੁਜਰਾਤ ਦੇ ਵਿੱਚ ਦੰਗੇ ਹੋਏ ਸੀ ਜਦੋਂ ਬਾਬਰੀ ਮਸਜਿਦ ਨੂੰ ਢਾਉਣ ਦੀ ਗੱਲ ਜਿਹੜੀ ਆ ਸਾਹਮਣੇ ਆਂਦੀ ਆ ਉਸ ਤੋਂ ਬਾਅਦ ਗੁਜਰਾਤ ਦੇ ਵਿੱਚ ਕਾਫੀ ਵੱਡੇ ਪੱਧਰ ਦੇ ਉੱਪਰ ਦੰਗੇ ਹੁੰਦੇ ਆ ਜਿਸ ਦੇ ਵਿੱਚ 1000 ਤੋਂ ਵੱਧ ਮੁਸਲਮਾਨਾਂ ਦੀ ਜਿਹੜੀ ਆ ਉਹ ਕਤਲੋਗਾਰ ਕਰ ਦਿੱਤੀ ਜਾਂਦੀ ਆ ਜਿਸ ਦੇ ਉੱਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅ ਅਮਿਤ ਸ਼ਾਹ ਅਤੇ ਹੋਰ ਜਿਹੜੇ ਵੱਡੇ ਬੀਜੇਪੀ ਦੇ ਚਿਹਰੇ ਸੀ ਜਿਨ੍ਹਾਂ ਦੇ ਉੱਪਰ ਇਹ ਇਲਜ਼ਾਮ ਲੱਗੇ ਸੀ ਕਿ ਇਹਨਾਂ ਦੇ ਕਹਿਣ ਦੇ ਉੱਪਰ ਇਹ ਜੋ ਦੰਗੇ ਗੁਜਰਾਤ ਦੇ ਵਿੱਚ ਹੋਏ ਆ ਇਹਨਾਂ ਦੇ ਕਹਿਣ ਦੇ ਉੱਪਰ ਹੋਇਆ ਸੋ ਉਸ ਦੇ ਉੱਪਰ ਹੁਣ ਜਿਹੜੇ ਸੁਪਰੀਮ ਕੋਰਟ ਨੇ ਕਲੀਨ ਚਿੱਟ ਜਿਹੜੀ ਦਿੱਤੀ ਹੋਈ ਸੀ ਉਸ ਨੂੰ ਬਹਾਲ ਕਰ ਦਿੱਤਾ ਕਿ ਨਰਿੰਦਰ ਮੋਦੀ ਹੋਣ ਦੀ ਜਾਂ ਫਿਰ ਹੋਰ ਜਿਹੜੇ 60 ਲੋਕਾਂ ਦੀ ਗੱਲਬਾਤ ਕੀਤੀ ਜਾ ਰਹੀ ਸੀ ਉਹਨਾਂ ਦੀ ਭੂਮਿਕਾ ਦੇ ਉੱਪਰ ਉਹਨਾਂ ਨੇ ਉਹਨਾਂ ਨੂੰ ਆ ਸਾਫ ਕਰ ਦਿੱਤਾ ਉਹਨਾਂ ਨੂੰ ਕਲੀਨ ਚਟ ਜਿਹੜੀ ਇੱਕ ਵਾਰ ਫੇਰ ਦੇ ਦਿੱਤੀ ਹੈ ਸੋ ਕਰੀਬ 450 ਪੰਨਿਆਂ ਦੇ ਹੁਕਮ ਵਿੱਚ ਜਸਟਿਸ ਏ ਐਮ ਖਾਨ ਵਿਕਰ ਜਸਟਿਸ ਦਿਨੇਸ਼ ਮੇਸ਼ਵਾਰੀ ਅਤੇ ਜਸਟਿਸ ਸੀਟੀ ਰਵੀ ਕੁਮਾਰ ਦੇ ਬੈਂਚ ਨੇ ਐਸ ਆਈ ਟੀ ਜਾਂਚ ਦੀ ਤਾਰੀਫ ਕੀਤੀ ਹੈ ਉਹਨਾਂ ਨੇ ਕਿਹਾ ਕਿ ਜਾਂਚ ਦੌਰਾਨ ਐਸ ਆਈ ਟੀ ਦੀ ਜਿਹੜੀ ਜਾਂਚ ਪੜਤਾਲ ਹੋਈ ਆ ਉਹ ਬਿਲਕੁਲ ਠੀਕ ਹੋਈ ਆ ਸੋ ਉਸਤੇ ਜਿਹੜੇ ਦੋਸ਼ ਲਗਾਏ ਗਏ ਆ ਉਹ ਬਿਲਕੁਲ ਪੱਖਪਾਤੀ ਰਹੇ ਆ ਕੋਈ ਇਹੋ ਜੀ ਵੱਡੀ ਗੱਲ ਉਹਨਾਂ ਨੂੰ ਸਾਹਮਣੇ ਨਹੀਂ ਆਈ ਜਿਸ ਦੇ ਉੱਪਰ ਬੈਂਚ ਨੇ ਕਿਹਾ ਕਿ ਅਸੀਂ ਐਸ ਆਈ ਟੀ ਦੇ ਨਾਲ ਜਾਂ ਐਸ ਆਈ ਟੀ ਦੀ ਟੀਮ ਜਿਹੜੀ ਆ ਜਿਸ ਨੇ ਇਹ ਸਾਰੀ ਇਨਵੈਸਟੀਗੇਸ਼ਨ ਕੀਤੀ ਆ ਉਹਨਾਂ ਨੇ ਬਿਲਕੁਲ ਠੀਕ ਕੀਤੀ ਆ ਸੋ ਬੈਂਚ ਨੇ ਕਿਹਾ ਕਿ ਅਸੀਂ ਐਸ ਆਈ ਟੀ ਅਫਸਰਾਂ ਦੀ ਟੀਮ ਦੇ ਚੁਣੌਤੀਪੂਰਨ ਮਾਹੌਲ ਵਿੱਚ ਅਹ ਥਕਾ ਦੇਣ ਵਾਲਾ ਕੰਮ ਦੀ ਤਾਰੀਫ ਕਰਦੇ ਆ ਅਤੇ ਇਸ ਦੇ ਬਾਵਜੂਦ ਉਹ ਅਹ ਬੜੇ ਹੀ سنجਿਦਗੀ ਦੇ ਨਾਲ ਉਹਨਾਂ ਨੇ ਆਪਣਾ ਕੰਮ ਜਿਹੜਾ ਉਸ ਨੂੰ ਕੀਤਾ ਔਰ ਚੰਗੇ ਤਰੀਕੇ ਦੇ ਨਾਲ ਪੂਰਾ ਕਰਨ ਵਿੱਚ ਸਫਲ ਹੋਏ ਐ ਸੋ ਬਿਲਕੁਲ ਜਿਹੜੀ ਸੁਪਰੀਮ ਕੋਰਟ ਹੈਗੀ ਆ ਉਹਨਾਂ ਨੇ ਮੋਰ ਲਾਈ ਐ ਐਸਆਈਟੀ ਨੇ ਜੋ ਰਿਪੋਰਟ ਤਿਆਰ ਕਰਕੇ ਸੁਪਰੀਮ ਕੋਰਟ ਨੂੰ ਦਿੱਤੀ ਐ ਉਹਨਾਂ ਨੇ ਕਿਹਾ ਜੀ ਕਿ ਉਹਨਾਂ ਨੇ ਆਪਣਾ ਕੰਮ ਜਿਹੜਾ ਉਹ ਬੜੀ ਵਧੀਆ ਤਰੀਕੇ ਦੇ ਨਾਲ ਕੀਤਾ ਔਰ ਜੋ ਉਹਨਾਂ ਨੇ ਤੱਥ ਜਿਹੜੇ ਆ ਉਹ ਲਿਆ ਕੇ ਪੇਸ਼ ਕੀਤੇ ਆ ਅਸੀਂ ਉਹਨਾਂ ਦੇ ਨਾਲ ਸਹਿਮਤ ਆ ਸੋ ਗੁਜਰਾਤ ਦੰਗਿਆਂ ਵਿੱਚ ਦੋਸ਼ ਲਗਾਏ ਸਨ ਕਿ ਹਿੰਸਾ ਪਹਿਲੇ ਤੋਂ ਯੋਜਨਾਬੰਦ ਸੀ ਅਤੇ ਹਿੰਸਾ ਕਰਨ ਵਾਲੀ ਭੀੜ ਨੂੰ ਕਥਿਤ ਅਧਿਕਾਰਕ ਛੂਟ ਜਿਹੜੀ ਆ ਉਹ ਮਿਲੀ ਹੋਈ ਸੀ ਸੋ ਬੈਂਚ ਨੇ ਕਿਹਾ ਕਿ ਵੱਡੇ ਪੱਧਰ ਦੇ ਉੱਪਰ ਪਹਿਲਾਂ ਦੀ ਪਲਾਨਿੰਗ ਸਾਜ਼ਿਸ਼ ਅਤੇ ਸੀਨੀਅਰ ਅਧਿਕਾਰੀਆਂ ਦੇ ਆ ਸ਼ਾਮਲ ਹੋਣ ਦੇ ਇਲਜ਼ਾਮ ਬੇਬੁਨਿਆਦੀ ਹਨ ਅਤੇ ਇਹੋ ਜੀ ਕੋਈ ਵੀ ਗੱਲ ਜਿਹੜੀ ਹੈ ਉਹ ਸਾਹਮਣੇ ਨਹੀਂ ਆਈ ਹੈ ਸੋ ਜਿੱਥੇ ਜਿਹੜੀ ਪਟੀਸ਼ਨ ਕਰਤਾ ਹੈਗੀ ਆ ਉਹਨਾਂ ਨੇ ਇਹ ਇਲਜ਼ਾਮ ਲਾਇਆ ਕਿ ਇਹ ਸਾਰਾ ਇੱਕ ਯੋਜਨਾਬੱਧ ਤਰੀਕਾ ਸੀਗਾ ਜਿਸ ਦੇ ਵਿੱਚ ਅਧਿਕਾਰੀਆਂ ਨੂੰ ਵੀ ਪਹਿਲਾਂ ਪਤਾ ਸੀ ਸੋ ਉਹਨਾਂ ਦੇ ਸਾਰਾ ਕੁਝ ਧਿਆਨ ਦੇ ਵਿੱਚ ਸੀ ਪਰ ਇਸ ਦੇ ਬਾਵਜੂਦ ਵੀ ਉਹਨਾਂ ਨੇ ਕੋਈ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ ਪਰ ਜਿਹੜੀ ਐਸਆਈਟੀ ਨੇ ਰਿਪੋਰਟ ਬਣਾਈ ਉਹਨਾਂ ਨੇ ਕਿਹਾ ਜੀ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਸੀਗੀ ਕਿ ਪਹਿਲਾਂ ਲੋਕਾਂ ਨੂੰ ਜਾਂ ਅਧਿਕਾਰੀਆਂ ਨੂੰ ਜਾਂ ਸਰਕਾਰ ਨੂੰ ਪਹਿਲਾਂ ਨਹੀਂ ਸੀ ਪਤਾ ਨਾ ਹੀ ਕੋਈ ਪ੍ਰੀ ਪਲਾਨ ਸੀਗੀ ਸੋ ਇਸ ਦੇ ਉੱਪਰ ਸੁਪਰੀਮ ਕੋਰਟ ਦੇ ਜਿਹੜੇ ਤਿੰਨ ਜੱਜਾਂ ਦਾ ਬੈਂਚ ਬੈਠਾ ਸੀ ਉਹਨਾਂ ਨੇ ਐਸਆਈਟੀਡੀ ਰਿਪੋਰਟ ਦੇ ਉੱਪਰ ਮੋਹਰ ਲਾਈ ਹੈ ਕਿ ਉਹਨਾਂ ਦੀ ਰਿਪੋਰਟ ਬਿਲਕੁਲ ਠੀਕ ਹੈ ਸੋ ਅੰਕੜਿਆਂ ਦੇ ਮੁਤਾਬਕ ਗੁਜਰਾਤ ਦੰਗਿਆਂ ਦੇ ਵਿੱਚ 1000 ਤੋਂ ਜ਼ਿਆਦਾ ਲੋਕ ਜਿਹੜੇ ਉਹ ਮਾਰੇ ਗਏ ਸਨ ਜਿਨ੍ਹਾਂ ਦੀ ਜ਼ਿਆਦਾਤਰ ਮੁਸਲਮਾਨ ਸਨ ਇਸ ਤੋਂ ਪਹਿਲਾਂ ਗੋਧਰਾ ਰੇਲ ਗੱਡੀ ਵਿੱਚ ਅੱਗ ਲੱਗਣ ਨਾਲ ਕਰੀਬ 60 ਹਿੰਦੂ ਮਾਰੇ ਗਏ ਸਨ ਸੋ ਦੰਗਿਆਂ ਵਿੱਚ ਗੁਲਬਾਗ ਸੁਸਾਇਟੀ ਨਸਲ ਕੁਸ਼ੀ ਵਿੱਚ ਅ ਅਹਿਸਾਸ ਜਾਂ ਐਹਸਾਨ ਯਾਫਰੀ ਸਮੇਤ 69 ਲੋਕ ਜਿਹੜੇ ਆ ਉਹ ਮਾਰੇ ਗਏ ਸਨ ਸੋ ਇਸ ਜੋ ਦੰਗਿਆਂ ਦੀ ਗੱਲ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਜੋ ਗੁਲਬਾਗ ਸੋਸਾਇਟੀ ਨਸਲਕੁਸ਼ੀ ਦੀ ਗੱਲ ਕੀਤੀ ਜਾ ਰਹੀ ਹੈ ਕਿ ਇਹ ਦੰਗਿਆਂ ਦੇ ਵਿੱਚ ਜਾਂ ਫਿਰ ਜਿਹੜੀ ਪਟੀਸ਼ਨ ਕਰਤਾ ਉਹਨਾਂ ਨੇ ਕਿਹਾ ਜੀ ਕਿ ਇਹ ਬਿਲਕੁਲ ਨਸਲਕੁਸ਼ੀ ਸੀ ਔਰ ਗੁਲਬਾਗ ਸੋਸਾਇਟੀ ਦੇ ਵਿੱਚ ਜਿਹੜੇ ਆ ਉਹ ਤਕਰੀਬਨ 69 ਲੋਕ ਜਿਹੜੇ ਆ ਮਾਰ ਦਿੱਤੇ ਗਏ ਸੀ ਉਹਨਾਂ ਦੇ ਵਿੱਚ احਸਾਨ ਯਾਫਰੀ ਜਿਹੜੇ ਆ ਉਹ ਸਾਬਕਾ ਸੰਸਦ ਰਹੇ ਆ ਕਾਂਗਰਸ ਦੇ ਸੰਸਦ ਸੀਗੇ ਉਹਨਾਂ ਨੂੰ ਵੀ ਮਾਰ ਦਿੱਤਾ ਗਿਆ ਸੀ ਉਹ ਮੁਸਲਮ ਕਮਿਊਨਿਟੀ ਦੇ ਨਾਲ ਸੰਬੰਧਤ ਸੀਗੇ ਸੋ ਉਹਨਾਂ ਨੇ ਕਿਹਾ ਜੀ ਕਿ ਉਸ ਨਸਲਕੁਸ਼ੀ ਦੇ ਵਿੱਚ ਅਹਿਸਾਨ 贾ਫਰੀ ਦੀ ਵੀ ਮੌਤ ਹੋਈ ਸੀ ਜਕਰੀਆ 贾ਫਰੀ ਨੇ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਸਮੇਤ 63 ਲੋਕਾਂ ਦੇ ਖਿਲਾਫ ਜਿਹੜੀ ਹੈ ਸ਼ਿਕਾਇਤ ਦਰਜ ਕਰਾਈ ਸੀ ਜਿਸ ਦੇ ਆਧਾਰ ਦੇ ਉੱਪਰ ਸੁਪਰੀਮ ਕੋਰਟ ਨੇ ਐਸਆਈਟੀ ਦਾ ਗਠਨ ਕੀਤਾ ਸੀ ਸੋ ਐਸਆਈਟੀ ਨੇ ਆਪਣੀ ਰਿਪੋਰਟ ਜਿਹੜੀ ਆ ਉਹ 2012 ਵਿੱਚ ਦੇ ਦਿੱਤੀ ਗਈ ਸੀ 2002 ਦੰਗਿਆਂ ਦੇ ਵਿੱਚ ਗੁਲਬਾਗ ਸੋਸਾਇਟੀ ਨਸਲਕੁਸ਼ੀ ਵਿੱਚ ਸੰਸਦ ਅਹਿਸਾਨ 贾ਫਰੀ ਸਮੇਤ 69 ਲੋਕ ਜਿਹੜੇ ਆ ਮਾਰੇ ਗਏ ਸਨ ਭਾਜਪਾ ਨੇਤਾ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਤੇ ਇੱਕ ਇੰਟਰਵਿਊ ਵਿੱਚ ਕਿਹਾ ਮੋਦੀ ਜੀ ਤੋਂ ਮੋਜੀ ਮੋਦੀ ਜੀ ਤੋਂ ਹੀ ਪੁੱਛ ਗੇਚ ਹੋਈ ਹੈ ਪਰ ਕਿਸੇ ਨੇ ਪ੍ਰਦਰਸ਼ਨ ਨਹੀਂ ਕੀਤਾ ਕਿਤੇ ਕੋਈ ਜਿਹੜਾ ਵਰਕਰ ਜਾਂ ਇਕੱਠ ਨਹੀਂ ਹੋਇਆ ਸੋ ਉਹਨਾਂ ਨੇ ਕਿਹਾ ਜੀ ਇਹੋ ਜੀ ਕੋਈ ਗੱਲਬਾਤ ਨਹੀਂ ਹੋਈ ਆ ਪ੍ਰਧਾਨ ਮੰਤਰੀ ਮੋਦੀ ਹੋਰਾਂ ਤੋਂ ਬਿਲਕੁਲ ਪੁੱਛ ਗਏ ਚੋਈ ਹੈ ਪਰ ਜਿਹੜਾ ਹੁਣ ਸੁਪਰੀਮ ਕੋਰਟ ਦਾ ਫੈਸਲਾ ਆਇਆ ਉਹਨਾਂ ਨੇ ਕਿਹਾ ਜੀ ਕਿ ਅਸੀਂ ਉਹਦਾ ਸਵਾਗਤ ਕਰਦੇ ਹਾਂ ਕਿਉਂਕਿ ਫੈਸਲਾ ਜਿਹੜਾ ਸੁਪਰੀਮ ਕੋਰਟ ਨੇ ਦਿੱਤਾ ਉਹ ਸਰਵਉੱਚ ਫੈਸਲਾ ਸੋ ਇਹ ਆ ਭਾਰਤ ਦੇ ਗ੍ਰਹਿ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਕਿਹਾ ਉਹਨਾਂ ਨੇ ਕਿਹਾ ਜੀ ਅਸੀਂ ਕਾਨੂੰਨ ਦੇ ਨਾਲ ਸਹਿਯੋਗ ਕੀਤਾ ਔਰ ਮੈਂ ਵੀ ਗ੍ਰਿਫਤਾਰ ਹੋਇਆ ਸੀ ਅਸੀਂ ਪ੍ਰਦਰਸ਼ਨ ਨਹੀਂ ਕੀਤਾ ਜਦੋਂ ਲੰਬੀ ਲੜਾਈ ਤੋਂ ਬਾਅਦ ਸੱਚ ਅਤੇ ਜਿੱਤ ਦਾ ਜਿੱਤ ਦੇ ਨਾਲ ਬਾਹਰ ਆਉਂਦੇ ਆ ਤੇ ਉਹ ਸਾਨੂੰ ਹੋਰ ਵੀ ਤੇਜ ਚਮਕਾਉਂਦਾ ਸੋ ਇਸ ਦੇ ਚਲਦਿਆਂ ਪਿਛਲੇ ਦਿਨੀ ਜਿਹੜੀ ਆ ਜਿਹੜੀ ਇੱਕ ਐਕਟਿਵਿਸਟ ਐਕਟਿਵਿਸਟ ਸੀ ਕਿ ਜਿਸ ਨੇ ਇਹ ਸਾਰੇ ਮਸਲੇ ਨੂੰ ਘੋਖਿਆ ਇਸ ਦੇ ਉੱਪਰ ਕੰਮ ਕਾਜ ਕੀਤਾ ਤੀਸੀਤਾ ਸ਼ੀਤਲਵਾੜਾ ਸ਼੍ਰੀ ਕੁਮਾਰ ਸੰਜੀਵ ਭੱਟ ਨੇ ਅਦਾਲਤ ਦੇ ਵਿੱਚ ਟਿੱਪਣੀਆਂ ਅਤੇ ਆ ਪ੍ਰਕਿਰਿਆਵਾਂ ਜਿਹੜੀਆਂ ਉਹ ਦਿੱਤੀਆਂ ਸੀਗੀਆਂ ਸੋ ਆ ਇਹ ਜੋ 2002 ਦੇ ਵਿੱਚ ਦੰਗੇ ਹੁੰਦੇ ਆ ਗੁਜਰਾਤ ਦੇ ਵਿੱਚ ਗੋਧਰਾ ਦੇ ਉਸ ਤੋਂ ਪਹਿਲਾਂ ਜਿਹੜੀ ਰੇਲ ਕਾਰਟ ਦੇ ਵਿੱਚ ਹਿੰਦੂ ਮਾਰੇ ਜਾਂਦੇ ਆ ਉਸ ਤੋਂ ਬਾਅਦ ਇੱਕ ਵੱਡਾ ਕਤਲੋਗਿਰਤ ਜਿਹੜੀ ਆ ਉਹ ਗੁਜਰਾਤ ਦੇ ਵਿੱਚ ਮੁਸਲਮਾਨਾਂ ਦੀ ਹੁੰਦੀ ਆ ਸੋ ਉਸ ਤੇ ਉੱਪਰ ਜਿਹੜੇ ਜਾਫਰੀ ਹੈਗੇ ਆ ਉਹਨਾਂ ਦੀ ਪਤਨੀ ਨੇ ਇੱਕ ਪਟੀਸ਼ਨ ਧਾਰਿਤ ਕੀਤੀ ਸੀ ਜਿਸ ਪਟੀਸ਼ਨ ਦੇ ਉੱਪਰ ਇੱਕ ਐਸਆਈਟੀ ਤਿਆਰ ਕੀਤੀ ਗਈ ਸੀ ਉਸ ਐਸਆਈਟੀ ਦੇ ਵਿੱਚ ਜੋ ਹੁਣ ਰਿਪੋਰਟ ਆਈ ਹੈ ਉਸ ਰਿਪੋਰਟ ਦੇ ਉੱਪਰ ਸੁਪਰੀਮ ਕੋਰਟ ਨੇ ਜਿਹੜੀ ਆ ਉਹ ਮੋਹਰ ਲਾਈ ਹੈ ਉਸ ਤੇ ਵਿੱਚ ਬਿਲਕੁਲ ਇਸ ਗੱਲ ਦੇ ਉੱਪਰ ਉਹਨਾਂ ਨੇ ਮੋਹਰ ਲਾ ਦਿੱਤੀ ਹੈ ਕਿ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈਗੇ ਆ ਉਹਨਾਂ ਦੀ ਇਸ ਮਸਲੇ ਦੇ ਵਿੱਚ ਕੋਈ ਵੀ ਭੂਮਿਕਾ ਨਹੀਂ ਹੈਗੀ ਆ ਜਿੱਥੇ ਕਿ ਅ ਅਹਿਸਾਨ জাফরਦੀ ਦੀ ਪਤਨੀ ਨੇ ਜਕਰੀਆ জাফরਦੀ ਨੇ ਇਹ ਕਿਹਾ ਜੀ ਕਿ ਇਹ ਇੱਕ ਬਿਲਕੁਲ ਯੋਜਨਾਬੰਦ ਤਰੀਕੇ ਦੇ ਨਾਲ ਜਿਹੜਾ ਕਿ ਇਹ ਸਾਰਾ ਕੁਝ ਹੋਇਆ ਸੀ ਉਸ ਦੇ ਵਿੱਚ ਮੋਦੀ ਹੋਰਾਂ ਦੀ ਜਾਂ ਅਮਿਤ ਸ਼ਾਹ ਹੋਰਾਂ ਦੀ ਇੱਕ ਇਨਵੋਲਵਮੈਂਟ ਸੀਗੀ ਔਰ ਉਸ ਸਮੇਂ ਦੇ ਜਿੰਨੇ ਵੀ ਅਧਿਕਾਰੀ ਸੀ ਉੱਚ ਅਧਿਕਾਰੀ ਉਹਨਾਂ ਨੂੰ ਵੀ ਸਾਰਾ ਇਸ ਬਾਰੇ ਪਤਾ ਸੀਗਾ ਕਿ ਇਹ ਸਾਰਾ ਕੁਝ ਹੋਣਾ ਹੈ ਪਰ ਇਸ ਦੇ باوجود ਵੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਲੋਕਾਂ ਨੂੰ ਨਹੀਂ ਬਚਾਇਆ ਇਸ ਦੇ ਵਿੱਚ ਉਹਨਾਂ ਨੇ ਦੱਸਿਆ ਜੀ ਕਿ ਜਿਹੜਾ ਗੁਲਬਾਗ ਸੋਸਾਇਟੀ ਨਸਲਕੁਸ਼ੀ ਦੀ ਗੱਲਬਾਤ ਆਈ ਹੈ ਜਿਸ ਦੇ ਵਿੱਚ 69 ਲੋਕਾਂ ਨੂੰ ਕਤਲ ਕਰ ਦਿੱਤਾ ਗਿਆ ਸੀ ਸੋ ਉਹਨਾਂ 69 ਲੋਕਾਂ ਦੇ ਵਿੱਚ ਜਿਹੜੀ ਹੈ ਕਿ ਉਹਨਾਂ ਨੇ ਗੱਲ ਚੁੱਕੀ ਹੈ ਕਿ ਇਹਨਾਂ 69 ਲੋਕਾਂ ਦੇ ਵਿੱਚ ਉਹਨਾਂ ਦੇ ਪਤੀ ਦੀ ਵੀ ਮੌਤ ਜਿਹੜੀ ਆ ਉਹ ਹੋਈ ਸੀ ਸੋ 2002 ਦੇ ਜਿਹੜੇ ਦੰਗਿਆਂ ਦੇ ਉੱਪਰ ਕਾਫੀ ਇੱਕ ਆਲੋਚਨਾ ਰਹੀ ਹੈ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਕਿ ਉੱਥੇ ਦੇ ਗੁਜਰਾਤ ਦੇ ਮੁੱਖ ਮੰਤਰੀ ਰਿਹਾ ਉਸ ਤੋਂ ਉਹਨਾਂ ਨੇ ਆ ਵਿਦੇਸ਼ ਦੇ ਵਿੱਚ ਜਾਣ ਦੇ ਲਈ ਇਹਨਾਂ ਨੇ ਕਈ ਵਾਰ ਵੀਜ਼ੇ ਦੀ ਵੀ ਮੰਗ ਕੀਤੀ ਹੈ ਪਰ ਉਹਨਾਂ ਨੂੰ ਵਿਦੇਸ਼ੀ ਜਿਹੜੇ ਦੇਸ਼ ਸੀ ਕੌਂਸੂਲੇਟ ਸੀਗੇ ਉਹਨਾਂ ਨੇ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਮਰੀਕਾ ਇੰਗਲੈਂਡ ਜਾਂ ਕੈਨੇਡਾ ਵਰਗੇ ਜਿਹੜੇ ਵੱਡੇ ਦੇਸ਼ ਸੀਗੇ ਇਹਨਾਂ ਦੇਸ਼ਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਆਉਣ ਦੀ ਜਿਹੜੀ ਆ anumati ਨਹੀਂ ਸੀਗੀ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਉੱਪਰ 2002 ਦੇ ਜਿਹੜੇ ਕਾਟ ਕਤਲ ਕਾਟ ਸੀਗੇ ਜਿਹੜੀ ਇੱਕ ਉੱਥੇ ਯੋਜਨਾਬੰਦ ਤਰੀਕੇ ਦੇ ਨਾਲ ਕਤਲੋਗਾਇਰਤ ਕੀਤੀ ਗਈ ਸੀ ਜਿਸ ਤੇ ਇਲਜ਼ਾਮ ਜਿਹੜੇ ਆ ਉਹ ਜ਼ਕਰੀਆ ਜਾਫਰੀ ਨੇ ਨਰਿੰਦਰ ਮੋਦੀ ਹੋਰਾਂ ਉੱਪਰ ਲਾਇਆ ਇੱਕ ਪਟੀਸ਼ਨ ਪਾਈ ਸੀ ਜਿਸ ਦੇ ਚੱਲਦਿਆਂ ਉਹਨਾਂ ਨੂੰ ਇਹ ਵੀਜ਼ੇ ਨਹੀਂ ਸੀ ਦਿੱਤੇ ਜਾਂਦੇ ਔਰ ਉਹਨਾਂ ਹੁਣ ਮਸਲਿਆਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਕਲੀਨ ਚੈਟ ਬੇਸ਼ੱਕ ਦੇ ਦਿੱਤੀ ਗਈ ਸੀ ਉਸ ਤੋਂ ਬਾਅਦ ਜਿਹੜੀ ਹੈ ਪਟੀਸ਼ਨ ਪਾਈ ਗਈ ਸੀ ਹੁਣ ਉਸ ਪਟੀਸ਼ਨ ਨੂੰ ਵੀ ਖਾਰਜ ਕਰ ਦਿੱਤਾ ਗਿਆ ਸੋ ਉਸ ਦੇ ਉੱਪਰ ਉਹਨਾਂ ਨੇ ਫੇਰ ਸਵਾਲ ਚੁੱਕੇ ਆ ਕਿ ਇਸ ਪਟੀਸ਼ਨ ਦੇ ਉੱਪਰ ਫੇਰ ਇੱਕ ਵਾਰ ਨੂੰ ਰਿਵਿਊ ਕੀਤਾ ਜਾਏ ਇੱਕ ਵਾਰ ਫੇਰ ਧਿਆਨ ਦੇ ਨਾਲ ਦੇਖਿਆ ਜਾਏ ਤੇ ਫੇਰ ਇਸ ਦੇ ਉੱਪਰ ਜਿਹੜਾ ਉਹ ਫੈਸਲਾ ਕੀਤਾ ਗਿਆ ਸੋ ਇਹ ਜ਼ਕਰੀਆ ਜ਼ਫਰੀ ਦੇ ਜਿਹੜੀ ਕਿ ਪਟੀਸ਼ਨ ਪਾਈ ਹੈ ਸੋ ਉਸ ਨੂੰ ਲੈ ਕੇ ਸੀ ਆ ਮੁੱਖ ਮੰਤਰੀ ਮਾਨ ਦੀ ਸੰਗਰੂੜ ਰਿਹائش ਮੋਰੇ ਅਧਿਆਪਕਾਂ ਨੇ ਲਾਇਆ ਸੰਘਰਸ਼ ਉਹਨਾਂ ਨੇ ਆਪਣਾ ਇੱਕ ਸੰਘਰਸ਼ ਜਿਹੜਾ ਉਹ ਵਿੜ ਦਿੱਤਾ ਸੋ ਹੁਣ ਧਰਨੇ ਜਿਹੜੇ ਆ ਉਹ ਸੰਗਰੂੜ ਦੇ ਵਿੱਚ ਭਗਵੰਤ ਮਾਨ ਹੋਰਾਂ ਦੇ ਘਰ ਦੇ ਬਾਹਰ ਜਿਹੜੇ ਆ ਉਹ ਉਹਨਾਂ ਦੀ ਗੱਲਬਾਤ ਜਿਹੜੀ ਆ ਸਾਹਮਣੇ ਆ ਰਹੀ ਹੈ ਕਿ ਮੁੱਖ ਮੰਤਰੀ ਦੇ ਘਰ ਦੇ ਬਾਹਰ ਜਿਹੜੇ ਆ ਉਹ ਧਰਨੇ ਆ ਦੀ ਗੱਲ ਚਾਹੇ ਉਹ ਅਧਿਆਪਕ ਹੈਗੇ ਆ ਚਾਹੇ ਉਹ ਕੋਈ ਦੂਸਰੇ ਵਰਗ ਦੇ ਹੈਗੇ ਆ ਮੁਲਾਜ਼ਮ ਹੈਗੇ ਆ ਸੋ ਉਸ ਦੇ ਵਿੱਚ ਤੇ ਪੁਲਿਸ ਦੇ ਵਿੱਚ ਜਿਹੜੀ ਆ ਆਪਸੀ ਜਿਹੜੀ ਆ ਝੜਪ ਹੋਣ ਦੀ ਵੀ ਗੱਲਬਾਤ ਸਾਹਮਣੇ ਆਈ ਆ ਕਿ ਉਹਨਾਂ ਦੇ ਵਿੱਚ ਆਪਸੀ ਝੜਪ ਜਿਹੜੀ ਆ ਉਹ ਵੀ ਦੇਖਣ ਨੂੰ ਮਿਲੀ ਆ ਸੋ ਹੁਣ ਭਗਵੰਤ ਮਾਨ ਜਿਹੜੇ ਕਿ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣੇ ਆ ਸੋ ਮੁੱਖ ਮੰਤਰੀ ਮਾਨ ਦੇ ਸੰਗਰੂਰ ਰਿਹਾਈਸ਼ ਮੋਰੇ ਅਧਿਆਪਕਾਂ ਨੇ ਲਾਇਆ ਸੰਘਰਸ਼ ਜਿਹੜਾ ਉਹ ਸ਼ੁਰੂ ਕਰ ਦਿੱਤਾ ਸੋ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਐਤਵਾਰ ਨੂੰ ਪੀਟੀਆਈ ਪੀਟੀਆਈ ਅਧਿਆਪਕ ਪੀਟੀਆਈ ਅਧਿਆਪਕਾਂ ਯੂਨੀਅਨ ਵੱਲੋਂ ਸੰਗਰੂਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਈ ਛਗੇ ਧਰਨੇ ਲਾ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਇਸ ਦੌਰਾਨ ਪਤਾ ਲੱਗਿਆ ਕਿ ਪ੍ਰਦਰਸ਼ਨ ਦੌਰਾਨ ਅਧਿਆਪਕਾਂ ਅਤੇ ਪੁਲਿਸ ਵਿਚਕਾਰ ਚੜ੍ਹਪ ਵੀ ਹੋਈ ਹੈ ਇੱਕ ਪ੍ਰਦਰਸ਼ਨਕਾਰੀ ਅਭਿਓਸ਼ ਹੋ ਗਿਆ ਸੀ ਜਿਸ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਸ ਦੇ ਨਾਲ ਹੀ ਹੁਣ ਪੀਟੀਆਈ ਯੂਨੀਅਨ 646 ਵੱਲੋਂ ਰੋਜ਼ਗਾਰ ਦੀ ਮੰਗ ਨੂੰ ਲੈ ਕੇ ਕੀਤੇ ਗਏ ਜਾ ਰਹੇ ਪ੍ਰਦਰਸ਼ਨ ਨੂੰ ਹਮਾਇਤ ਦੇਣ ਲਈ ਬੇਰੁਜ਼ਗਾਰ ਈਟੀਟੀ ਅਧਿਆਪਕ ਯੂਨੀਅਨ ਦੇ ਵੀ ਸੰਗਰੂਰ ਪਹੁੰਚ ਗਈ ਹੈ ਹੁਣ ਦੋਵੇਂ ਯੂਨੀਅਨਾਂ ਵੱਲੋਂ ਇਕੱਠੇ ਸੰਘਰਸ਼ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਧਿਆਪਕਾਂ ਨੇ ਪ੍ਰਦਰਸ਼ਨ ਨੂੰ ਲੈ ਕੇ ਪੁਲਿਸ ਵੀ ਮੁੱਖ ਮੰਤਰੀ ਦੀ ਰਿਹਾਈ ਛੱਗੇ ਪੂਰੀ ਤਰ੍ਹਾਂ ਡੱਟੀ ਹੋਈ ਹੈ ਪੁਲਿਸ ਨੇ ਜ਼ਬਰਦਸਤ ਬੈਰੀਕੇਟਿੰਗ ਲਗਾ ਦਿੱਤੀ ਸੀ ਇਸ ਤੋਂ ਪਹਿਲਾਂ ਸਵੇਰੇ ਪੁਲਿਸ ਨੇ ਅਧਿਅਪਕਾਂ ਵਿਚਲੇ ਪ੍ਰਦਰਸ਼ਨ ਦੌਰਾਨ ਝੜਪ ਵੀ ਹੋਈ ਹੈ ਜਿਸ ਦੌਰਾਨ ਇੱਕ ਪ੍ਰਦਰਸ਼ਨਕਾਰੀ ਬੇਹੋਸ਼ ਹੋ ਗਿਆ ਸੀ ਉਸ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਸੋ ਇਹ ਜਿਹੜਾ ਇੱਕ ਉੱਥੇ ਪ੍ਰਦਰਸ਼ਨ ਸ਼ੁਰੂ ਹੋਇਆ ਜਿਹੜਾ ਟੀਚਰਾਂ ਦੀ ਜਿਹੜੀ ਮੰਗ ਸੀਗੀ ਕਿ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਸੋ ਇਹ ਜਦੋਂ ਪੰਜਾਬ ਦੇ ਵਿੱਚ ਸਰਕਾਰ ਬਣਦੀ ਆ ਜਾਂ ਉਸ ਤੋਂ ਪਹਿਲਾਂ ਦੀ ਗੱਲ ਜਦੋਂ ਪੰਜਾਬ ਸਰਕਾਰ ਨੇ ਰੋਜ਼ਗਾਰ ਦੇਣ ਦੀ ਗੱਲ ਕੀਤੀ ਸੀ 36000 ਜਦੋਂ ਸਰਕਾਰ ਬਣਦੀ ਆ ਉਸ ਤੋਂ ਬਾਅਦ ਭਗਵੰਤ ਮਾਨ ਹਰਾਂ ਵੱਲੋਂ ਇਹ ਐਲਾਨ ਕਰ ਦਿੱਤਾ ਜਾਂਦਾ ਹੈ ਕਿ ਅਸੀਂ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਾਂ ਕੁਝ ਹਫ਼ਤਿਆਂ ਦੇ ਵਿੱਚ ਹੀ 26000 ਨੌਕਰੀਆਂ ਦੀ ਜਿਹੜੀ ਨੋਟੀਫਿਕੇਸ਼ਨ ਜਾਰੀ ਕਰਨ ਲੱਗੇ ਆਂ ਜਿਹੜੇ ਕੱਚੇ ਮੁਲਾਜ਼ਮ ਐ ਉਹਨਾਂ ਨੂੰ ਪੱਕੇ ਕਰਨ ਲੱਗੇ ਆਂ ਸੋ ਜਿਸ ਵੇਲੇ ਇੱਕ ਬਦਲਾਅ ਦੀ ਗੱਲ ਕੀਤੀ ਗਈ ਸੀ ਲੋਕਾਂ ਦੇ ਨਾਲ ਇਹ ਵਾਅਦੇ ਕੀਤੇ ਗਏ ਸੀ ਕਿ ਜੇ ਤੁਸੀਂ ਸਾਡੀ ਸਰਕਾਰ ਲੈ ਕੇ ਆਂਦੇ ਹੋ ਤੇ ਅਸੀਂ ਤੁਹਾਡੇ ਤੱਕ ਜਿਹੜਾ ਕਿ ਨੌਕਰੀਆਂ ਲੈ ਕੇ ਆਵਾਂਗੇ ਤੁਹਾਨੂੰ ਚੰਗਾ ਜਿਹੜਾ ਇੱਕ ਭਵੇਖਾ ਉਹ ਲੈ ਕੇ ਆਵਾਂਗੇ ਪਰ ਬਾਅਦ ਵਿੱਚ ਜਦੋਂ ਸਰਕਾਰ ਬਣ ਜਾਂਦੀ ਹੈ ਫਰਵਰੀ ਦੇ ਵਿੱਚ ਉਸ ਤੋਂ ਬਾਅਦ ਜਿਹੜੇ ਲੋਕਾਂ ਦੇ ਨਾਲ ਵਾਅਦੇ ਕੀਤੇ ਹੋਏ ਸੀ ਉਹ ਵਾਅਦੇ ਜਿਹੜੇ ਆ ਉਹ ਪੂਰੇ ਨਹੀਂ ਕੀਤੇ ਜਾਂਦੇ ਜਦੋਂ ਵਾਅਦੇ ਪੂਰੇ ਕਰਨ ਤੋਂ ਫੇਲ ਹੁੰਦੀ ਹੈ ਸਰਕਾਰ ਤੇ ਲੋਕ ਇੱਕ ਵਾਰ ਫੇਰ ਜਿਹੜੇ ਆ ਕਿ ਉਹ ਪ੍ਰਦਰਸ਼ਨਾਂ ਦੇ ਉੱਪਰ ਧਰਨੇਆਂ ਦੇ ਉੱਪਰ ਆ ਖੜਦੇ ਆ ਸੋ ਹੁਣ ਭਗਵੰਤ ਮਾਨ ਹੋਰਾਂ ਦੀ ਰਿਆਸ਼ਤੇਵਾਰ ਅਧਿਆਪਕ ਈਟੀਟੀ ਪੀਟੀਆਈ ਦੇ ਅਧਿਆਪਕ ਜਿਹੜੇ ਆ ਉਹਨਾਂ ਨੇ ਧਰਨਾ ਲਾਇਆ ਉਸ ਤੋਂ ਬਾਅਦ ਪੁਲਿਸ ਦੇ ਵਿੱਚ ਆਪਸ ਦੇ ਵਿੱਚ ਝੜਪ ਜਿਹੜੀ ਆ ਉਹਨਾਂ ਦੀ ਹੋ ਜਾਂਦੀ ਹੈ ਹੁਣ ਇਹ ਗਲਤ ਇਹ ਦੇਖਣ ਲਈ ਹੈ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ ਔਰ ਕਾਂਗਰਸ ਦੀ ਸਰਕਾਰ ਸਮੇਂ ਜਦੋਂ ਇਲੈਕਸ਼ਨ ਕੈਂਪੇਨ ਚੱਲਦੀ ਸੀ ਮੁੱਖ ਮੰਤਰੀ ਚਰਨਜੀਤ ਚੰਨੀ ਸੀ ਔਰ ਚਰਨਜੀਤ ਚੰਨੀ ਹੋਰਾਂ ਨੇ ਇੱਕ ਪਿੰਡ ਦੇ ਵਿੱਚ ਜਾ ਕੇ ਕੈਂਪੇਨ ਕਰਨ ਜਾਣਾ ਸੀ ਇਲੈਕਸ਼ਨ ਦੀ ਜਿਹੜੀ ਰੈਲੀ ਸੀ ਉਸ ਰੈਲੀ ਦੇ ਵਿੱਚ ਜਾਣਾ ਸੀ ਉਸ ਵੇਲੇ ਇੱਕ ਅਧਿਆਪਕ ਨੂੰ ਪੁਲਿਸ ਮੁਲਾਜ਼ਮ ਵੱਲੋਂ ਇੰਨੀ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਗਿਆ ਸੀ ਕਿ ਉਸ ਮੁਲਾਜ਼ਮ ਦੇ ਨਾਲ ਜੋ ਬਦਸਲੂਕੀ ਕੀਤੀ ਸੀ ਉਸ ਤੋਂ ਬਾਅਦ ਚਾਹੇ ਉਹ ਭਗਵੰਤ ਮਾਨ ਸੀਗੇ ਚਾਹੇ ਉਹ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਸੀ ਉਹਨਾਂ ਵੱਲੋਂ ਇਸ ਮੁੱਦੇ ਨੂੰ ਬੜੇ ਜ਼ੋਰ ਦੇ ਨਾਲ ਉਭਾਰਿਆ ਗਿਆ ਸੀ ਔਰ ਉਸ ਪੁਲਿਸ ਅਫਸਰ ਨੂੰ ਸਸਪੈਂਡ ਕਰਨ ਦੀ ਵੀ ਮੰਗ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੇ ਨਮਾਇੰਦਿਆਂ ਵੱਲੋਂ ਕੀਤੀ ਗਈ ਸੀ ਪਰ ਪਿਛਲੇ ਦਿਨੀ ਉਹੀ ਪੁਲਿਸ ਅਫਸਰ ਜਿਹੜਾ ਉਹ ਅੱਜ ਭਗਵੰਤ ਮਾਨ ਹੋਰਾਂ ਦੀ ਸਿਕਿਉਰਿਟੀ ਦੇ ਵਿੱਚ ਪਨਾਥ ਹੈਗਾ ਉੱਥੇ ਡਿਊਟੀ ਕਰ ਰਿਹਾ ਜਿਸ ਨੂੰ ਉਸ ਵੇਲੇ ਭਗਵੰਤ ਮਾਨ ਆਪ ਇਹ ਗੱਲ ਕਹਿ ਰਹੇ ਸੀ ਕਿ ਇਸ ਤਰ੍ਹਾਂ ਦੇ ਪੁਲਿਸ ਅਫਸਰ ਜਿਹੜੇ ਆ ਜਿਨ੍ਹਾਂ ਦਾ ਇਹਨਾਂ ਨੇ ਇਸ ਤਰ੍ਹਾਂ ਦਾ ਵਤੀਰਾ ਕੀਤਾ ਪੰਜਾਬ ਦੇ ਲੋਕਾਂ ਦੇ ਨਾਲ ਉਹਨਾਂ ਨੂੰ ਬਰਖਾਸਤ ਕਰਨਾ ਚਾਹੀਦਾ ਅੱਜ ਉਹੀ ਪੁਲਿਸ ਅਫਸਰ ਭਗਵੰਤ ਮਾਨ ਹੋਰਾਂ ਦੀ ਸਿਕਿਉਰਿਟੀ ਦੇ ਵਿੱਚ ਕੰਮ ਕਰਦੇ ਆ ਅੱਜ ਫੇਰ ਭਗਵੰਤ ਮਾਨ ਹੋਰਾਂ ਦੀ ਜਦੋਂ ਸਰਕਾਰ ਹੈ ਤੇ ਅੱਜ ਉਸੇ ਤਰ੍ਹਾਂ ਜਿਵੇਂ ਕਾਂਗਰਸ ਉੱਥੇ ਦੇ ਅਧਿਆਪਕਾਂ ਨੂੰ ਉੱਥੇ ਦੇ ਟੀਚਰਾਂ ਨੂੰ ਕੱਟ ਰਹੀ ਸੀ ਹੁਣ ਆਮ ਆਦਮੀ ਪਾਰਟੀ ਤੇ ਉਹਨਾਂ ਦੇ ਪੁਲਿਸ ਜਿਹੜੀ ਹੈ ਉਹ ਹੀ ਵਤੀਰਾ ਜਿਹੜਾ ਇਸ ਵੇਲੇ ਟੀਚਰਾਂ ਦੇ ਨਾਲ ਕੀਤਾ ਜਾ ਰਿਹਾ ਸੋ ਗੱਲ ਬਦਲਾ ਦੀ ਕੀਤੀ ਜਾ ਰਹੀ ਸੀ ਬਦਲਾ ਜਿਹੜਾ ਉਹ ਕਿਸੇ ਪਾਸੇ ਦੇਖਣ ਨੂੰ ਸਾਹਮਣੇ ਨਜ਼ਰ ਨਹੀਂ ਆ ਰਿਹਾ ਆ ਬਿਲਕੁਲ ਉਸੇ ਤਰ੍ਹਾਂ ਜਿਵੇਂ ਕਾਂਗਰਸ ਨੇ ਕੁੱਟਿਆ ਜਿਵੇਂ ਅਕਾਲੀ ਜਿਹੜੇ ਆਪਣੀ ਸਰਕਾਰ ਵੇਲੇ ਕੁੱਟਦੇ ਰਹੇ ਆ ਹੁਣ ਆਮ ਆਦਮੀ ਪਾਰਟੀ ਦੀ 바ਰੀ ਆ ਤੇ ਆਮ ਆਦਮੀ ਪਾਰਟੀ ਵੀ ਉਸੇ ਤਰ੍ਹਾਂ ਹੀ ਕੁੱਟ ਰਹੀ ਹੈ ਜਿਵੇਂ ਦੂਜੀਆਂ ਸਰਕਾਰਾਂ ਨੇ ਆਪਣੇ ਸਮੇਂ ਦੇ ਵਿੱਚ ਇਹਨਾਂ ਟੀਚਰਾਂ ਦੇ ਨਾਲ ਦੁਰਭਿਵਾਰ ਜਾਂ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਆ ਉਸੇ ਤਰ੍ਹਾਂ ਜਿਹੜੇ ਅੱਗੇ ਹੁਣ ਆਮ ਆਦਮੀ ਪਾਰਟੀ ਉੱਥੇ ਦੇ ਲੋਕਾਂ ਦੇ ਨਾਲ ਪੇਸ਼ ਆ ਰਹੀ ਆ ਜਿੱਥੇ ਧਰਨਿਆਂ ਦੀ ਗੱਲ ਚੱਲ ਰਹੀ ਹੈ ਤੇ ਧਰਨੇ ਵਾਲੇ ਦੂਜੇ ਪਾਸੇ ਪਨਬਸ ਜਿਹੜੀ ਪੰਜਾਬ ਦੀ ਸਰਕਾਰੀ ਬੱਸਾਂ ਹੈਗੀਆਂ ਜਾਂ ਪੀਆਰਟੀਸੀ ਦੇ ਕੱਚੇ ਮਲਾਜ਼ਮਾਂ ਵੱਲੋਂ ਵੀ ਮੰਗ ਜਿਹੜੀ ਆ ਰੱਖੀ ਗਈ ਸੀ ਉਹਨਾਂ ਨੇ ਵੀ ਸੰਘਰਸ਼ ਦਾ ਐਲਾਨ ਜਿਹੜਾ ਉਹ ਕਰ ਦਿੱਤਾ ਸੋ ਜਿੱਥੇ ਅਧਿਆਪਕ ਜਿਹੜੇ ਆ ਉਹ ਆਪਣੇ ਪੱਕੀਆਂ ਨੌਕਰੀਆਂ ਦੇ ਲਈ ਸੰਘਰਸ਼ ਦਾ ਐਲਾਨ ਤੇ ਉੱਪਰ ਆਏ ਆ ਉਥੇ ਪੰਜਾਬ ਦੇ ਪੀਆਰਟੀਸੀ ਅਤੇ ਪਨਬਸ ਦੇ ਜਿਹੜੇ ਕੱਚੇ ਮਜ਼ਦੂਰ ਸੀ ਉਹਨਾਂ ਨੇ ਵੀ ਇਹ ਐਲਾਨ ਕਰ ਦਿੱਤਾ ਕਿ ਉਹ ਵੀ ਸੰਘਰਸ਼ ਦੇ ਉੱਪਰ ਜਾਣਗੇ ਉਹ ਵੀ ਧਰਨੇ ਲਾਉਣਗੇ ਤੇ ਆਪਣੀਆਂ ਮੰਗਾਂ ਜਿਹੜੀਆਂ ਉਹ ਮਨਾਉਣਗੇ ਔਰ ਮੈਂ ਤੁਹਾਡੇ ਨਾਲ ਇਹ ਗੱਲ ਜ਼ਰੂਰ ਡਿਸਕਸ ਕਰਦੇ ਆ ਕਿ ਜਦੋਂ ਇਹ ਇਲੈਕਸ਼ਨ ਕੈਂਪੇਨ ਚੱਲਦੀ ਸੀ ਉਦੋਂ ਜਿੰਨੀ ਵੀ ਅਸੀਂ ਰਿਪੋਰਟਾਂ ਤੁਹਾਡੇ ਤੱਕ ਲੈ ਕੇ ਆਏ ਸੀ ਉਹਨਾਂ ਰਿਪੋਰਟਾਂ ਦੇ ਵਿੱਚ ਵੀ ਇਹ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਇਹ ਸੰਘਰਸ਼ ਜਿਹੜਾ ਉਸ ਵੇਲੇ ਵੀ ਚੱਲਦਾ ਸੀ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਸੀਗੇ ਚਾਹੇ ਕੇਜਰੀਵਾਲ ਸੀਗੇ ਕੇਜਰੀਵਾਲ ਹੋਰਾਂ ਨੇ ਬਕ ਬਕ ਟੀਵੀ ਚੈਨਲਾਂ ਦੇ ਉੱਪਰ ਬੈਠ ਕੇ ਇਹ ਗੱਲਾਂ ਕੀਤੀਆਂ ਕਿ ਅਸੀਂ ਹੋਮਵਰਕ ਕਰਕੇ ਆਏ ਹੋਏ ਹਾਂ ਅਸੀਂ ਸਾਰਾ ਪੰਜਾਬ ਦਾ ਇੱਕ ਸਿਸਟਮ ਜਿਹੜਾ ਉਹ ਠੀਕ ਕਰਨ ਵਾਸਤੇ ਆਏ ਆ ਅਸੀਂ ਚੈੱਕ ਕਰਕੇ ਆਏ ਆ ਕਿ ਕਿੰਨੀਆਂ ਨੌਕਰੀਆਂ ਅਸੀਂ ਦੇ ਸਕਦੇ ਆ ਕਿਵੇਂ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਕੰਮ ਦੇਾਂਗੇ ਕਿਵੇਂ ਅਸੀਂ ਉਹਨਾਂ ਨੂੰ ਪੱਕਿਆ ਕਰਾਂਗੇ ਈਵਨ ਕੇ ਸਰਕਾਰ ਬਣਨ ਤੋਂ ਬਾਅਦ ਇਹ ਇੱਥੇ ਤੱਕ ਕਹਿ ਦਿੱਤਾ ਗਿਆ ਭਗਵੰਤ ਮਾਨ ਹੋਰਾਂ ਵੱਲੋਂ ਸਟੇਜਾਂ ਦੇ ਉੱਪਰ ਚੜ੍ਹ ਕੇ ਕਿ ਅਸੀਂ ਪੰਜਾਬ ਮੁੜ ਕੇ ਪੰਜਾਬ ਬਣਾਵਾਂ ਔਰ ਹਰ ਰੋਜ਼ ਭਗਵੰਤ ਮਾਨ ਇਹ ਗੱਲ ਕਰਦੇ ਆ ਜਿ ਕਿ ਅਸੀਂ ਪੰਜਾਬ ਨੂੰ ਮੁੜ ਕੇ ਪੰਜਾਬ ਬਣਾਉਣਾ ਅਸੀਂ ਐਸਾ ਪੰਜਾਬ ਬਣਾਵਾਂਗੇ ਕਿ ਜਿਹੜੇ ਪੰਜਾਬ ਦੇ ਬੱਚੇ ਅਮਰੀਕਾ ਕੈਨੇਡਾ ਦੇ ਵਿੱਚ ਕੰਮਾ ਕਾਜਣ ਦੇ ਲਈ ਗਏ ਹੋਏ ਆ ਜਾਂ ਸਟੂਡੈਂਟ ਜਿਹੜੇ ਆਪਣੀ ਪੜ੍ਹਾਈ ਕਰਨ ਦੇ ਲਈ ਉੱਥੇ ਜਾਂ ਆਪਣੇ ਰੋਜ਼ਗਾਰ ਦੇ ਲਈ ਵਿਦੇਸ਼ਾਂ ਦੇ ਵਿੱਚ ਗਏ ਹੋਏ ਆ ਉਹ ਉੱਥੇ ਦੇ ਵਿਦੇਸ਼ਾਂ ਦੀਆਂ ਨੌਕਰੀਆਂ ਛੱਡ ਕੇ ਤੇ ਪੰਜਾਬ ਦੇ ਵਿੱਚ ਆ ਕੇ ਕੰਮ ਕਰਨਗੇ ਉਹਨਾਂ ਨੇ ਇਹ ਵੀ ਕਿਹਾ ਕਿ ਉੱਥੇ ਦੇ ਲੋਕ ਜਿਹੜੇ ਆ ਈਵਨ ਕਿ ਗੋਰੇ ਜਿਹੜੇ ਆ ਉਹ ਪੰਜਾਬ ਦੇ ਵਿੱਚ ਆ ਕੇ ਨੌਕਰੀਆਂ ਮੰਗਿਆ ਕਰਨਗੇ ਪਰ ਜਿਹੜੇ ਹਾਲਾਤ ਇਸ ਵੇਲੇ ਪੰਜਾਬ ਦੇ ਦਿਖਦੇ ਪਏ ਆ ਟੀਚਰ ਜਿਹੜੇ ਆ ਉਹ ਦਰਨਿਆਂ ਦੇ ਉੱਪਰ ਬੈਠੇ ਹੋਏ ਆ ਪੰਜਾਬ ਬੱਸ ਹੋਵੇ ਪਨ ਬੱਸ ਹੋਵੇ ਪੀਆਰਟੀਸੀ ਦੇ ਕੱਚੇ ਮਲਾਜ਼ਮ ਜਿਹੜੇ ਆ ਉਹਨਾਂ ਨੇ ਦਰਨਾ ਲਾਉਣ ਦੀ ਜਿਹੜਾ ਉਹ ਆਲਟੀਮੇਟਮ ਦੇ ਦਿੱਤਾ ਸੋ ਜਿਹੜੇ ਪੰਜਾਬ ਬੱਸ ਦੇ ਆਗੂ ਹੈਗੇ ਆ ਉਹਨਾਂ ਨੇ ਦੱਸਿਆ ਕਿ ਮਲਾਜ਼ਮਾਂ ਨੂੰ ਮਹੀਨੇ ਮਹੀਨੇ ਲੇਟ ਅਤੇ ਜਿਹੜੀ ਤਨਖਾਹਾਂ ਮਿਲਦੀਆਂ ਤੇ ਸੰਘਰਸ਼ ਕਰਕੇ ਤਨਖਾਹ ਲੈਣੀ ਪੈਂਦੀ ਆ ਅ ਇਸ ਮਹੀਨੇ ਵੀ 11 ਜੁਲਾਈ ਦੇ ਗੇਟ ਦੀ ਰੈਲੀਆਂ ਤੇ 13 ਜੁਲਾਈ ਨੂੰ ਬੱਸ ਸਟੈਂਡ ਬੰਦ ਕਰਨ ਦਾ ਪ੍ਰੋਗਰਾਮ ਮਜਬੂਰੀ ਵਿੱਚ ਯੂਨੀਅਨ ਨੇ ਉਲੀਕਿਆ ਹੋਇਆ ਸੋ ਉਹਨਾਂ ਨੇ ਕਿਹਾ ਜੀ ਕਿ ਅਸੀਂ ਇੱਕ ਇੱਕ ਮਹੀਨਾ ਪਹਿਲਾਂ ਵੇਟ ਕਰੀਦੀ ਆ ਫਿਰ ਤਰਲੇ ਪਾਉਣੇ ਪੈਂਦੇ ਆ ਕਿ ਭਾਈ ਸਾਡੀ ਜਿਹੜੀ ਆ ਤਨਖਾਹਾਂ ਉਹ ਦੇ ਦਿਓ ਔਰ ਇਸ ਦੇ ਚੱਲਦਿਆਂ ਹੀ ਉਹਨਾਂ ਨੂੰ ਹੁਣ ਮਜਬੂਰਨ ਤੌਰ ਦੇ ਉੱਪਰ ਇਹ ਸੰਘਰਸ਼ ਜਿਹੜਾ ਅਲੀਕਣਾ ਪੈ ਰਿਹਾ ਤੇ ਉਹ ਹੁਣ ਜਿਹੜਾ ਕਿ 11 ਤਰੀਕ ਨੂੰ ਯਾਨੀ ਕਿ ਅੱਜ ਜਿਹੜਾ ਕਿ ਉਹਨਾਂ ਨੇ ਅ ਅੱਜ ਉਹਨਾਂ ਨੇ ਜਿਹੜਾ ਐਲਾਨ ਕੀਤਾ ਉਹ ਗੇਟ ਬੰਦ ਰੱਖਣਗੇ ਔਰ 13 ਤਰੀਕ ਨੂੰ ਆਉਣ ਵਾਲੀ 13 ਤਰੀਕ ਨੂੰ ਜਿਹੜਾ ਕਿ ਬੱਸ ਸਟੈਂਡ ਜਿਹੜੇ ਆ ਉਹ ਬੰਦ ਹੋਣਗੇ ਸੋ ਇਸ ਦੇ ਵਿੱਚ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ ਸੀਟੇ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਜਿਨ੍ਹਾਂ ਨੇ ਇਹ ਸਾਰੀ ਗੱਲਬਾਤ ਦੱਸੀ ਲੁਧਿਆਣੇ ਵਿੱਚ ਸੂਬਾ ਪਧਰੀ ਮੀਟਿੰਗ ਕਰਕੇ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਜਿਹੜਾ ਕਿ ਮਾਰੂ ਅਤੇ ਵਿਭਾਗ ਨੂੰ ਖਤਮ ਕਰਨ ਦੀਆਂ ਨੀਤੀਆਂ ਖਿਲਾਫ ਅਤੇ ਹੱਕੀ ਮੰਗਾਂ ਲਈ ਚਰਚਾ ਕੀਤੀ ਗਈ ਸੀ ਜਿਸ ਵਿੱਚ ਪੰਜਾਬ ਪਨਬਸ ਅਤੇ ਪੀਆਰਟੀਸੀ ਦੇ ਸਤਾਈ ਦੀਪੂਆਂ ਦੀ ਕਮੇਟੀਆਂ ਸਮੇਤ ਪੀਆਰਟੀਸੀ ਦੇ ਆਜ਼ਾਦ ਜੁਨੀਅਰ ਸੰਘਰਸ਼ ਦੌਰਾਨ ਕੱਡੇ ਆ ਮੁਲਾਜ਼ਮਾਂ ਤੇ ਪਨ ਬਸ ਦੇ ਰਿਪੋਰਟਰਾਂ ਵੱਲੋਂ ਆ ਮਲਜ਼ਮਾ ਮੁਲਾਜ਼ਮਾਂ ਨੇ ਪਾਗ ਲਿਆ ਸੀ ਇਸ ਮੀਟਿੰਗ ਵਿੱਚ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਕਿ ਆ ਪਵਨ ਨੂੰ ਪ੍ਰਵਾਨ ਕਰਦਿਆਂ ਕਰਨ ਦੀ ਥਾਂ ਤੇ ਮੌਜੂਦਾ ਆਪ ਸਰਕਾਰ ਵੱਲੋਂ ਟਰਾਂਸਪੋਰਟ ਤੇ ਕੱਚੇ ਮੁਲਾਜ਼ਮਾਂ ਨੂੰ ਹਰ ਮਹੀਨੇ ਤਨਖਾਹ ਲਈ ਵੀ ਸੰਘਰਸ਼ ਕਰਨਾ ਪੈਂਦਾ ਅ 12 ਤੋਂ 14 ਘੰਟੇ ਕੰਮ ਕਰ ਰਹੇ ਕਰਨ ਵਾਲੇ ਮਜ਼ਦੂਮਾਂ ਨੂੰ ਮਹੀਨੇ ਮਹੀਨੇ ਲੇਟ ਅਤੇ ਸੰਘਰਸ਼ ਕਰਕੇ ਤਨਖਾਹ ਲੈਣੀ ਪੈਂਦੀ ਹੈ ਅ ਇਸ ਮਹੀਨੇ ਵੀ 11 ਜੁਲਾਈ ਨੂੰ ਜਿਹੜਾ ਗੇਟ ਰੈਲੀ ਅਤੇ 13 ਜੁਲਾਈ ਨੂੰ ਬੱਸ ਸਟੈਂਡ ਬੰਦ ਕਰਨ ਦਾ ਪ੍ਰੋਗਰਾਮ ਮਜਬੂਰੀ ਵਿੱਚ ਜੂਨੀਅਨ ਨੂੰ ਲੀਖਣਾ ਪੈ ਗਿਆ ਸੋ ਉਹਨਾਂ ਨੇ ਬਿਲਕੁਲ ਇਹ ਗੱਲ ਦੱਸੀ ਹੈ ਕਿ ਉਹਨਾਂ ਨੂੰ ਹਰ ਮਹੀਨੇ ਜਿਹੜਾ ਜਿਹੜਾ ਕਿ 12 ਤੋਂ 14 ਘੰਟੇ ਕੰਮ ਕਰਦੇ ਆ ਫਿਰ ਉਸ ਤੋਂ ਬਾਅਦ ਧਰਨੇ ਲਾ ਕੇ ਆਪਣੀਆਂ ਤਨਖਾਹਾਂ ਜਿਹੜੀਆਂ ਉਹ ਲੈਣੀਆਂ ਪੈਂਦੀਆਂ ਸੋ ਕੱਚੇ ਮੁਲਾਜ਼ਮਾਂ ਕਈਆਂ ਨੂੰ ਉਹਨਾਂ ਨੇ ਬਰਖਾਸਤ ਕਰਤਾ ਹੋਇਆ ਕਈਆਂ ਨੂੰ ਕੱਢਿਆ ਹੋਇਆ ਸੋ ਉਹਨਾਂ ਨਾਲ ਲਾਰੇ ਲੱਪੇ ਲਾਈਗੇ ਸੀ ਕਿ ਅਸੀਂ ਤੁਹਾਨੂੰ ਪੱਕਿਆ ਕਰਾਂਗੇ ਪਰ ਕਈ ਸਾਲ ਜਦੋਂ ਕਿ ਉਹ ਕੱਚੇ ਮੁਲਾਜ਼ਮਾਂ ਦੇ ਉੱਪਰ ਤੌਰ ਦੇ ਉੱਪਰ ਕੰਮ ਕਰਕੇ ਬਾਅਦ ਵਿੱਚ ਉਹਨਾਂ ਨੂੰ ਪੱਕਿਆ ਨਹੀਂ ਕੀਤਾ ਗਿਆ ਉਹਨਾਂ ਨਾਲ ਵਾਦੇ ਕੁਝ ਹੋਰ ਕੀਤੇ ਗਏ ਉਹਨਾਂ ਦੇ ਨਾਲ ਉਹਨਾਂ ਨੂੰ ਕੁਝ ਹੋਰ ਕਿਹਾ ਗਿਆ ਪਰ ਉਹਨਾਂ ਦੀਆਂ ਜਿਹੜੀਆਂ ਨੌਕਰੀਆਂ ਉਹ ਪੱਕੀਆਂ ਨਹੀਂ ਕੀਤੀਆਂ ਗਈਆਂ ਸੋ ਇਹ ਭਾਵੇਂ ਪਿਛਲੀਆਂ ਸਰਕਾਰਾਂ ਦੀ ਗੱਲ ਕਰ ਲਈਏ ਜਿਵੇਂ ਟੀਚਰਾਂ ਦੇ ਨਾਲ ਹੋਇਆ ਜਿਵੇਂ ਹੁਣ ਇਹ ਪੀਆਰਟੀਸੀ ਜਾਂ ਪਨ ਬਸ ਦੇ ਮੁਲਾਜ਼ਮਾਂ ਦੇ ਨਾਲ ਹੋਇਆ ਸੋ ਇਸੇ ਤਰ੍ਹਾਂ ਪਿਛਲੀਆਂ ਸਰਕਾਰਾਂ ਕਰਦੀ ਰਹੀਆਂ ਸੋ ਕੋਈ ਇਸ ਤਰ੍ਹਾਂ ਵਿੱਚ ਹੱਲ ਨਹੀਂ ਨਜ਼ਰ ਆ ਰਿਹਾ ਭਾਵੇਂ ਆਮ ਆਦਮੀ ਪਾਰਟੀ ਨੇ ਬਹੁਤ ਸਾਰੇ ਲੋਕਾਂ ਦੇ ਨਾਲ ਵਾਅਦੇ ਕੀਤੇ ਹੋਣ ਕਿ ਜੇ ਸਾਡੀ ਸਰਕਾਰ ਆਂਦੀ ਹੈ ਤੇ ਅਸੀਂ ਤੁਹਾਡੇ ਤੱਕ ਨੌਕਰੀਆਂ ਲੈ ਕੇ ਆਵਾਂਗੇ ਅ 26000 ਨੌਕਰੀਆਂ ਦੀ ਗੱਲ ਕੀਤੀ ਸੀਗੀ ਉਸ ਤੋਂ ਬਾਅਦ ਨੋਟੀਫਿਕੇਸ਼ਨਾਂ ਜਾਰੀ ਕਰਨ ਦੀ ਗੱਲ ਕੀਤੀ ਗਈ ਸੀ ਅਜੇ ਤੱਕ ਉਹਨਾਂ ਦੇ ਉੱਪਰ ਕੋਈ ਇਹੋ ਜੀ ਕਾਰਵਾਈ ਜਿਹੜੀ ਆ ਨਹੀਂ ਕੀਤੀ ਗਈ ਅ ਇਵਨ ਕਿ ਪਿਛਲੇ ਵਿਧਾਨ ਸਭਾ ਦੇ ਵਿੱਚ ਕਾਫੀਆਂ ਵੱਡੀਆਂ ਵੱਡੀਆਂ ਗੱਲਾਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਵੱਲੋਂ ਕੀਤੀਆਂ ਗਈਆਂ ਪਰ ਜਦੋਂ ਉਹ ਨੌਕਰੀਆਂ ਦੀ ਗੱਲ ਆਈ ਆ ਤੇ ਜੱਕਾ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਆਈ ਆ ਤੇ ਉਹ ਉੱਥੇ ਦੀ ਉੱਥੇ ਖੜੀ ਆ ਆ ਬਰਜਿੰਦਰ ਸਿੰਘ ਦਲਜੀਤ ਸਿੰਘ ਗੁਰਪ੍ਰੀਤ ਸਿੰਘ ਪੰਨੂ ਨੇ ਕਿਹਾ ਕਿ ਸਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਸਰਕਾਰੀ ਵਿਭਾਗ ਨੂੰ ਬਚਾਉਣਾ ਆ ਟ੍ਰਾਂਸਪੋਰਟ ਮਾਫੀਆ ਖਤਮ ਕਰਨਾ ਘਰ ਘਰ ਪੱਕੇ ਰੋਜ਼ਗਾਰ ਦੇਣ ਦੇ ਵਾਅਦੇ ਕੀਤੇ ਸਨ ਸੋ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਨੂੰ ਇੱਕ ਵਾਰ ਫੇਰ ਯਾਦ ਕਰਵਾਇਆ ਇਹਨਾਂ ਨੇ ਉਹਨਾਂ ਨੇ ਕਿਹਾ ਜੀ ਸਾਡੇ ਨਾਲ ਵਾਅਦੇ ਤੇ ਬੜੇ ਕੀਤੇ ਗਏ ਸੀ ਕਿ ਅਸੀਂ ਘਰ ਘਰ ਨੌਕਰੀਆਂ ਦੇਾਂਗੇ ਟ੍ਰਾਂਸਪੋਰਟ ਮਾਫੀਆ ਜਿਹੜਾ ਉਹ ਖਤਮ ਕਰ ਦੇਾਂਗੇ ਬਿਲਕੁਲ ਇਹ ਵੱਡੇ ਪੱਧਰ ਦੇ ਉੱਪਰ ਇਹ ਗੱਲਾਂ ਚੱਲਦੀਆਂ ਨਹੀਂ ਆ ਕਿ ਪੰਜਾਬ ਦੇ ਟ੍ਰਾਂਸਪੋਰਟ ਮਾਫੀਆ ਜਿਹੜੇ ਆ ਉਹ ਸਰਕਾਰ ਦੇ ਜਿਹੜੇ ਮੰਤਰੀ ਹੁੰਦੇ ਆ ਉਹ ਕਰਦੇ ਆ ਤੋ ਰਾਜਾ ਬੜਿੰਗ ਦੇ ਉੱਪਰ ਜਿਹੜੀ ਇੱਕ ਕਾਫੀ ਵੱਡੇ ਪੱਧਰ ਤੇ ਉੱਪਰ ਇਲਜ਼ਾਮ ਲੱਗੇ ਰਾਜਾ ਬੜਿੰਗ ਜਿਹੜੇ ਆ ਉਹ ਪੰਜਾਬ ਦੀਆਂ ਬੱਸਾਂ ਬਣਾਉਣ ਦੇ ਲਈ ਜੈਪੁਰ ਭੇਜਦੇ ਆ ਉਸ ਦੇ ਵਿੱਚੋਂ 22 ਕੇ 24 ਕਰੋੜ ਰੁਪਏ ਦੇ ਇਲਜ਼ਾਮ ਲੱਗੇ ਸੀ ਕਿ ਉਹ ਰਾਜਾ ਬੜਿੰਗ ਜਿਹੜੇ ਆ ਖਾ ਗਿਆ ਉਸ ਤੋਂ ਪਹਿਲਾਂ ਅਕਾਲੀਆਂ ਦੀ ਸਰਕਾਰ ਵੇਲੇ ਸੁਖਬੀਰ ਬਾਦਲ ਉੱਪਰ ਵੱਡੇ ਜਿਹੜੇ ਇਲਜ਼ਾਮ ਜਿਹੜੇ ਲੱਗਦੇ ਰਹੇ ਪਰ ਹੁਣ ਜਦੋਂ ਕਿ ਆਮ ਆਦਮੀ ਪਾਰਟੀ ਆਂਦੀ ਆ ਤੇ ਲੋਕਾਂ ਦੇ ਨਾਲ ਵਾਅਦੇ ਕਰਦੀ ਆ ਘਰ ਘਰ ਪੱਕਿਆ ਰੋਜ਼ਗਾਰ ਦੇਣ ਦੀ ਗੱਲ ਕਰਦੀ ਆ 3 ਮਹੀਨਿਆਂ ਵਿੱਚ ਹੀ ਜਿਹੜੀ ਆ ਉਹ ਗੱਲ ਕੀਤੀ ਸੀ ਕਿ ਤਿੰਨ ਮਹੀਨਿਆਂ ਦੇ ਵਿੱਚ ਆਂਦੇ ਹੀ ਅਸੀਂ ਪੱਕੇ ਕਰ ਦਿਆਂਗੇ ਨੌਜਵਾਨਾਂ ਨੂੰ ਜਿਹੜੇ ਕੱਚੇ ਮੁਲਾਜ਼ਮ ਹੈਗੇ ਪਰ ਉਹ ਅਜੇ ਤੱਕ ਜਿਹੜੇ ਆ ਉਹ ਪੱਕੇ ਨਹੀਂ ਕੀਤੇ ਗਏ ਸੋ ਜਿਸ ਨੂੰ ਚਲਦਿਆਂ ਹੁਣ ਇਹਨਾਂ ਮੁਲਾਜ਼ਮਾਂ ਵੱਲੋਂ ਜਿਹੜੀ ਆ ਉਹ ਸੰਘਰਸ਼ ਜਿਹੜਾ ਉਹ ਵਿੜ ਦਿੱਤਾ ਗਿਆ ਸੋ ਉਹਨਾਂ ਨੇ ਕਿਹਾ ਜੀ ਕਿ ਅਸੀਂ ਹੁਣ ਸੰਘਰਸ਼ ਜਿਹੜਾ ਉਹ ਸਟਾਰਟ ਕਰ ਦਿੱਤਾ ਸੋ ਮੀਟਿੰਗ ਵਿੱਚ ਮੌਜੂਦ ਆਜ਼ਾਦ ਜਥੇਬੰਦੀ ਦੇ ਪ੍ਰਧਾਨ ਬੱਬੂ ਸ਼ਰਮਾ ਜੈਪਾਲ ਸਿੰਘ ਅਤੇ ਰਤਨ ਸ਼ਰਮਾ ਅਨੇਕਾਂ ਕੀ ਸੰਘਰਸ਼ ਦੌਰਾਨ ਕੱਢੇ ਗਏ ਵਰਕਰਾਂ ਨੂੰ ਬਿਨਾਂ ਕਿਸੇ ਹਲਫੀਆ ਬਿਆਨ ਅਤੇ ਤਨਖਾਹ ਵਿੱਚੋਂ ਹੋਏ ਵਾਅਦੇ ਦੀ ਤਨਖਾਹ ਦੇ ਕੇ ਬਹਾਲ ਕੀਤਾ ਜਾਵੇ ਤੇ ਪੰਜਾਬ ਰੋਡ ਬੇਸ ਦੀ ਪੀ ਆਰਟੀਸੀ ਦੇ ਵਰਕਰਾਂ ਨਾਲ ਮਿਲ ਕੇ ਮੋਢੇ ਨਾਲ ਮੋਢਾ ਲਾ ਕੇ ਲੀਕੇ ਪ੍ਰੋਗਰਾਮ ਵਿੱਚ ਬਰਾਬਰ ਸਾਥ ਦੇਣ ਦਾ ਸੰਘਰਸ਼ ਦੇ ਵਿੱਚ ਉਹਨਾਂ ਨੇ ਗੱਲਬਾਤ ਕੀਤੀ ਹੈ ਸੋਹਣਾਂ ਨੇ ਕਿਹਾ ਜੀ ਕਿ ਅਸੀਂ ਬਿਲਕੁਲ ਆ ਆਪਣੇ ਨਾਲ ਦੇ ਸਾਥੀ ਜਿਹੜੇ ਜਿਨ੍ਹਾਂ ਨੇ ਸੰਘਰਸ਼ ਲਈ ਕਿਆ ਉਹਨਾਂ ਦੇ ਨਾਲ ਮੁੱਢੇ ਨਾਲ ਮੁੱਢਾ ਲਾ ਕੇ ਕੰਮ ਕਰਾਂਗੇ ਔਰ ਜਿਹੜੇ ਉਹ ਵਰਕਰ ਜਿਨ੍ਹਾਂ ਨੂੰ ਇਹਨਾਂ ਨੇ ਕੱਢਿਆ ਹੋਇਆ ਉਹਨਾਂ ਦੀਆਂ ਤਨਖਾਹਾਂ ਨਹੀਂ ਵਧਾਈਆਂ ਗਈਆਂ ਪਿਛਲੀਆਂ ਤਨਖਾਹਾਂ ਬਕਾਇਆ ਹੈਗੀਆਂ ਉਹਨਾਂ ਨੂੰ ਵੀ ਬਹਾਲ ਕੀਤਾ ਜਾਏ ਉਹਨਾਂ ਨੂੰ ਨੌਕਰੀਆਂ ਉੱਪਰ ਫੇਰ ਰੱਖਿਆ ਜਾਏ ਜਿਨ੍ਹਾਂ ਦੀ ਤਨਖਾਹਾਂ ਵਧਦੀਆਂ ਉਹਨਾਂ ਦੀਆਂ ਵਧਾਈਆਂ ਜਾਣ ਉਹਨਾਂ ਨੂੰ ਪੱਕਿਆ ਕੀਤਾ ਜਾਏ ਸੋ ਉਹਨਾਂ ਨੇ ਆਪਣੀ ਗੱਲਬਾਤ ਜਿਹੜੀ ਹੈ ਉਹ ਦੱਸੀ ਹੈ ਕਿ ਸੰਘਰਸ਼ ਜਿਹੜਾ ਉਹ ਪਹਿਲਾ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਜੋ ਸਰਕਾਰ ਨੇ ਆ ਕੇ ਵਾਅਦੇ ਕੀਤੇ ਸੀ ਕਿ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਅਸੀਂ ਤੁਹਾਨੂੰ ਆ ਚੀਜ਼ਾਂ ਜਿਹੜੀਆਂ ਮੁਹੱਈਆ ਕਰਾਵਾਂਗੇ ਆ ਅਸੀਂ ਕੁਝ ਤੁਹਾਨੂੰ ਦੇਾਂਗੇ ਪਰ ਹੁਣ ਜਦੋਂ ਸਰਕਾਰ ਬਣ ਗਈ ਹੈ ਸਰਕਾਰ ਦੇ तकरीबन 4 ਮਹੀਨੇ ਜਿਹੜੇ ਆ ਉਹ ਪੂਰੇ ਹੋਣ ਜਾ ਰਹੇ ਆ ਪਰ ਅਜੇ ਤੱਕ ਕਿਸੇ ਨੂੰ ਕੋਈ ਨੌਕਰੀ ਨਹੀਂ ਦਿੱਤੀ ਗਈ ਕੋਈ ਇਹੋ ਜੀ ਨੋਟੀਫਿਕੇਸ਼ਨ ਨਹੀਂ ਜਾਰੀ ਕੀਤੀਆਂ ਗਈਆਂ ਚਾਹੇ ਉਹ ਅਧਿਆਪਕ ਹੋਣ ਚਾਹੇ ਉਹ ਪਿਛਲੇ ਦਿਨਾਂ ਦੇ ਵਿੱਚ i see the ਕਿ ਜਿਹੜੇ ਬਿਜਲੀ ਬੋਰਡ ਦੇ ਵਿਭਾਗ ਦੇ ਜਿਹੜੇ ਕੱਚੇ ਮੁਲਾਜ਼ਮ ਸੀ ਜਿਨ੍ਹਾਂ ਨੂੰ ਉਮੀਦਾਂ ਸੀ ਕਿ ਆਮ ਆਦਮੀ ਪਾਰਟੀ ਆਏਗੀ ਤੇ ਪੰਜਾਬ ਦੇ ਵਿੱਚ ਸਾਡੇ ਕੋਲ ਜਿਹੜੀ ਆ ਉਹ ਨੌਕਰੀਆਂ ਜਿਹੜੀਆਂ ਉਹ ਵੱਡੇ ਵੱਡੇ ਪੱਦਰ ਦੇ ਉੱਪਰ ਮਿਲਣਗੀਆਂ ਪਰ ਉਹਨਾਂ ਨੂੰ ਵੀ ਨੌਕਰੀਆਂ ਜਿਹੜੀਆਂ ਉਹ ਟਾਈਮ ਦੇ ਉੱਪਰ ਨਹੀਂ ਮਿਲੀਆਂ ਨਾ ਹੀ ਉਹਨਾਂ ਨੂੰ ਨੌਕਰੀਆਂ ਜਿਹੜੀਆਂ ਉਹ ਦਿੱਤੀਆਂ ਗਈਆਂ ਔਰ ਉਸ ਦੇ ਉੱਪਰ ਉਹਨਾਂ ਨੇ ਵੀ ਸੰਘਰਸ਼ ਜਿਹੜਾ ਉਹ ਕੀਤਾ ਸੀ ਹੁਣ ਜਿੱਥੇ ਪੀਆਰਟੀ ਸੀ ਦੇ ਮੁਲਾਜ਼ਮ ਪਨਬਸ ਦੇ ਮੁਲਾਜ਼ਮ ਹੋਣ ਉੱਥੇ ਟੀਚਰ ਜਿਹੜੇ ਅਧਿਆਪਕ ਹੈਗੇ ਆ ਉਨਾ ਨੇ ਵੀ ਜਿਹੜਾ ਆਪਣਾ ਸੰਘਰਸ਼ਾ ਉਹ ਵਿੰਡਨ ਦੀ ਗੱਲ ਕੀਤੀ ਔਰ ਬਖ ਬਖ ਜਥੇਬੰਦੀਆਂ ਨੇ ਐਲਾਨ ਕੀਤਾ ਜੀ ਕਿ ਅਸੀਂ ਇਸ ਸੰਘਰਸ਼ ਦੇ ਵਿੱਚ ਪੂਰਾ ਸਾਥ ਦੇਵਾਂਗੇ ਸੋ ਅਗਲੀ ਖਬਰ ਜਿਹੜੀ ਆ ਉਹ ਸ਼੍ਰੀਲੰਕਾ ਦੇ ਨਾਲ ਸੰਬੰਧਤ ਹੈਗੀ ਹੈ ਸ਼੍ਰੀਲੰਕਾ ਦੀ ਵਿਰੋਧੀ ਪਾਰਟੀ ਰਾਜਪ੍ਰਕਾਸ਼ ਤੇ ਅਸਤੀਫੇ ਮਗਰੋਂ ਅ ਅੰਤਰਿਕ ਸਰਕਾਰ ਬਣਾਉਣ ਲਈ ਜਿਹੜੀ ਆ ਉਹ ਰਾਜ਼ੀ ਹੋ ਗਈ ਆ ਸੋ ਸ਼੍ਰੀਲੰਕਾ ਦੇ ਵਿੱਚ ਕੱਲ ਜਿਸ ਤਰ੍ਹਾਂ ਸੀ ਤੁਹਾਨੂੰ ਦੱਸਿਆ ਸੀ ਕਿ ਰਾਸ਼ਟਰਪਤੀ ਦੇ ਘਰ ਦੇ ਉੱਪਰ ਜਿਹੜੀ ਰਿਹਾਇਸ਼ ਦੇ ਉੱਪਰ ਲੋਕਾਂ ਨੇ ਕਬਜ਼ਾ ਕਰ ਲਿਆ ਸੀ ਉਸ ਤੋਂ ਬਾਅਦ ਜਿਹੜੀਆਂ ਵਿਰੋਧੀਆਂ ਤੇ ਰਸੀ ਉਹਨਾਂ ਨੇ ਉੱਥੇ ਇੱਕ ਕਮੇਟੀ ਬਣਾ ਕੇ ਆਪਣੀ ਨਵੀਂ ਸਰਕਾਰ ਬਣਾਉਣ ਦੀ ਜਿਹੜੀ ਗੱਲਬਾਤ ਉਹ ਕੀਤੀ ਐ ਸੋ ਉਹਨਾਂ ਨੇ ਦੱਸਿਆ ਸੀ ਕਿ ਅਜਿਹੇ ਰਾਸ਼ਟਰਪਤੀ ਹੈਗੇ ਅੱਜ ਆ ਪ੍ਰਧਾਨ ਮੰਤਰੀ ਹੈਗੇ ਆ ਉਹਨਾਂ ਦੇ ਘਰਾਂ ਨੂੰ ਅੱਗ ਲਗਾ ਦਿੱਤੀ ਗਈ ਸੀ ਰਾਸ਼ਟਰਪਤੀ ਦੇ ਘਰ ਦੇ ਉੱਪਰ ਲੋਕ ਜਿਹੜੇ ਆ ਜਿਹੜੇ ਮੁਜ਼ਾਹਰਾ ਕਰੀ ਸੀਗੇ ਉਹਨਾਂ ਨੇ ਕਬਜ਼ਾ ਕਰ ਲਿਆ ਸੀ ਰਾਸ਼ਟਰਪਤੀ ਉੱਥੋਂ ਭੱਜ ਨਿਕਲੇ ਸੀ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਅਸਤੀਫਾ ਜਿਹੜਾ ਉਹ ਦੇ ਦਿੱਤਾ ਸੋ ਸ਼੍ਰੀਲੰਕਾ ਦੇ ਮੁੱਖ ਵਿਰੋਧੀ ਪਾਰਟੀਆਂ ਅੱਜ ਦੇਸ਼ ਵਿੱਚ ਸਰਪਾਰਟੀ ਅੰਤਰਮ ਸਰਕਾਰ ਬਣਾਉਣ ਲਈ ਰਾਜ਼ੀ ਹੋ ਗਈ ਆ ਬੁੱਧਵਾਰ ਨੂੰ ਰਾਸ਼ਟਰਪਤੀ ਰਾਜਪ੍ਰਕਾਸ਼ ਵੱਲੋਂ ਅਸਤੀਫਾ ਦੇ ਦਿੱਤੇ ਜਾਣ ਦੀ ਆਸ ਹੈ ਕਿਉਂਕਿ ਸ਼ਨੀਵਾਰ ਨੂੰ ਉਹਨਾਂ ਨੇ ਐਲਾਨ ਕੀਤਾ ਸੀ ਕਿ ਉਹ 13 ਜੁਲਾਈ ਨੂੰ ਅਸਤੀਫਾ ਦੇ ਦੇਣਗੇ ਇਸ ਦੌਰਾਨ ਪੰਜ ਕੈਬਨਟ ਮੰਤਰੀਆਂ ਨੇ ਵੀ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਇਸ ਦਾ ਪਤਾ ਲੱਗਿਆ ਕਿ ਰਾਜਪ੍ਰਕਾਸ਼ ਦੇ ਅਸਤੀਫੇ ਤੋਂ ਬਾਅਦ ਸਤਾ ਪਰਵਰਤਨ ਲਈ ਸਦਨ ਦੀ ਮੀਟਿੰਗ ਸਦਨ ਵਿੱਚ ਬਾਰੇ ਚਰਚਾ ਕਰਨ ਲਈ ਸੋਮਵਾਰ ਨੂੰ ਹੀ ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਮੀਟਿੰਗ ਜਿਹੜੀ ਆ ਹੋਵੇਗੀ ਅੱਜਕਰ ਜੋ ਇੱਥੇ ਇਹ ਹੈ ਕਿ ਦੇਸ਼ ਨੂੰ ਅਦਰ ਪੇਸ਼ ਆਰਥਿਕ ਸੰਕਟ ਦੇ ਗਲਤ ਪ੍ਰਬੰਧ ਦੇ ਵਿਰੋਧ ਵਿੱਚ ਸ਼ੁਰੂ ਹੋਏ ਪ੍ਰਦਰਸ਼ਨ ਕਰਕੇ ਪੈਦਾ ਹੋਏ ਮੌਜੂਦਾ ਹਾਲਾਤ ਦੇ ਮੱਦੇ ਨਜ਼ਰ ਰਾਸ਼ਟਰਪਤੀ ਰਾਜਪ੍ਰਕਾਸ਼ ਤੇ ਪ੍ਰਧਾਨ ਮੰਤਰੀ ਵਿਕਰਮ ਸਿੰਘਾ ਨੂੰ ਆਪੋ ਆਪਣੇ ਅਸਤੀਫੇਆਂ ਨੂੰ ਪੇਸ਼ਕਸ਼ ਕਰਨੀ ਜਿਹੜੀ ਆ ਉਹ ਪਈ ਆ ਵਿਰੋਧੀ ਪਾਰਟੀਆਂ ਨੇ ਰਾਜਪ੍ਰਕਾਸ਼ ਦੇ ਸੰਭਵ ਅਸਤੀਫੇ ਤੋਂ ਬਾਦ ਦੇਸ਼ ਦੇ ਮੌਜੂਦਾ ਆਰਥਿਕ ਸੰਕਟਾਂ ਵਿੱਚੋਂ ਕੱਢ ਕੇ ਅੱਗੇ ਲੈ ਜਾਣ ਦੀ ਗੱਲ ਜਿਹੜੀ ਆ ਉਹ ਕੀਤੀ ਆ ਸੋ ਉਹਨਾਂ ਨੇ ਜਿਹੜੇ ਕਿ ਰਾਜਪ੍ਰਕਾਸ਼ ਜਿਹੜੇ ਆ ਸ਼੍ਰੀਲੰਕਾ ਦੇ ਰਾਸ਼ਟਰਪਤੀ ਸੀ ਔਰ ਵਿਕਰਮ ਸਿੰਗਾ ਜਿਹੜੇ ਕਿ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਆਪੋ ਆਪਣੇ ਅਸਤੀਫਿਆਂ ਦੀ ਜਿਹੜੀ ਆ ਉਹ ਗੱਲ ਕੀਤੀ ਆ 13 ਤਰੀਕ ਨੂੰ ਆਪਣੇ ਅਸਤੀਫੇ ਜਿਹੜੇ ਆ ਉਹ ਦੇ ਸਕਦੇ ਆ ਸੋ ਉਸ ਤੋਂ ਬਾਅਦ ਅਸਤੀਫੇ ਦੇਣ ਤੋਂ ਬਾਅਦ ਜਿਹੜੀ ਹੈ ਕਿ ਉੱਥੇ ਨਵੀਂ ਸਰਕਾਰ ਜਿਹੜੀ ਆ ਉਹ ਬਣਾਈ ਜਾਏਗੀ ਔਰ ਨਵੀਂ ਸਰਕਾਰ ਦਾ ਇਹ ਕਹਿਣਾ ਕਿ ਸਭ ਤੋਂ ਪਹਿਲਾਂ ਅਸੀਂ ਉੱਥੇ ਦੇ ਹਾਲਾਤ ਨੂੰ ਜਿਹੜਾ ਉਹ ਬਦਲਣ ਦੀ ਕੋਸ਼ਿਸ਼ ਕਰਾਂਗੇ ਜੋ ਲੋਕਾਂ ਦੀਆਂ ਪ੍ਰੋਬਲਮਾਂ ਹੈਗੀਆਂ ਉਹਨਾਂ ਪ੍ਰੋਬਲਮਾਂ ਨੂੰ ਜਿਹੜਾ ਸਮਝਾਂਗੇ ਤੇ ਉਸ ਤੇ ਉੱਪਰ ਫਿਰ ਅਸੀਂ ਕੰਮ ਕਰਾਂਗੇ ਔਰ ਇੱਥੇ ਹੀ ਚੀਨ ਦੇ ਦੂਤਾਵਾਸ ਵੱਲੋਂ ਆਪਣੇ ਨਾਗਰਿਕਾਂ ਨੂੰ ਸ਼੍ਰੀਲੰਕਾ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦੀ ਜਿਹੜੀ ਚੇਤਾਵਨੀ ਦਿੱਤੀ ਆ ਚੀਨ ਨੇ ਸ਼੍ਰੀਲੰਕਾ ਵਿੱਚ ਅਰਬਾਂ ਡਾਲਰ ਅਤੇ ਨਿਵੇਸ਼ਨ ਕੀਤਾ ਹੋਇਆ ਜਿਸ ਨੂੰ ਸ਼੍ਰੀਲੰਕਾ ਵਿੱਚ ਰਹਿੰਦੇ ਸੈਂਕੜੇ ਚੀਨੀ ਨਾਗਰਿਕਾਂ ਨੂੰ ਉੱਥੇ ਦੇ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਕਿਸੇ ਤਰ੍ਹਾਂ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਨਾ ਹੋਣ ਲਈ ਕਿਹਾ ਜਿਕਰ ਜੋਗੇ ਹੈ ਕਿ ਸ਼੍ਰੀਲੰਕਾ ਵਿੱਚ ਬੀਤੇ ਦਿਨੀ ਆਰਥਿਕ ਸੰਕਟ ਦੇ ਵਿਰੁੱਧ ਵਿੱਚ ਵੱਡੀ ਗਿਣਤੀ ਦੇ ਲੋਕਾਂ ਭੀੜ ਵੱਲੋਂ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੀ ਰਿਹائش ਤੇ ਉੱਪਰ ਹਮਲਾ ਕਰ ਦਿੱਤਾ ਗਿਆ ਸੀ ਰਾਸ਼ਟਰਪਤੀ ਦੀ ਜਿਹੜੀ ਹੈ ਰਿਹائش ਹੈ ਉਸ ਨੂੰ ਲੋਕਾਂ ਵੱਲੋਂ ਕਬਜ਼ੇਦਾਰ ਵਿੱਚ ਲੈ ਲਿਆ ਦਿੱਤਾ ਗਿਆ ਸੀ ਔਰ ਪ੍ਰਧਾਨ ਮੰਤਰੀ ਦੀ ਰਿਹائش ਨੂੰ ਅੱਗ ਦੇ ਹਵਾਲੇ ਜਿਹੜਾ ਉਹ ਕਰ ਦਿੱਤਾ ਗਿਆ ਸੀ ਉੱਥੇ ਅਮਰੀਕਾ ਵੱਲੋਂ ਵੀ ਸ਼੍ਰੀਲੰਕਾਈ ਸਿਆਸੀ ਭਾਈਚਾਰੇ ਨੂੰ ਅਪੀਲ ਕੀਤੀ ਗਈ ਹੈ ਉਹਨਾਂ ਨੇ ਕਿਹਾ ਜੀ ਕਿ ਅਮਰੀਕਾ ਨੇ ਅੱਜ ਸ਼੍ਰੀਲੰਕਾ ਦੇ ਸਿਆਸੀ ਭਾਈਚਾਰੇ ਨੂੰ ਅੱਗੇ ਆਉਣ ਅਤੇ ਲੋਕਾਂ ਨੂੰ ਪਰੇਸ਼ਾਨੀ ਦੂਰ ਕਰਨ ਲਈ ਲੰਬੇ ਸਮੇਂ ਵਾਲੇ ਆਰਥਿਕ ਅਤੇ ਸਿਆਸੀ ਹੱਲ ਕੱਢਣ ਲਈ ਤੇਜ਼ੀ ਦੇ ਨਾਲ ਕੰਮ ਕਰਨ ਦੀ ਅਪੀਲ ਕੀਤੀ ਹੈ ਅਭੀਤੇ ਦਿਨੀ ਰਾਸ਼ਟਰਪਤੀ ਰਾਜ ਪ੍ਰਕਾਸ਼ ਤੇ ਅ ਅਸਤੀਫੇ ਦੀ ਮੰਗ ਨੂੰ ਲੈ ਕੇ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਉਹਨਾਂ ਦੀ ਸਰਕਾਰੀ ਰਿਹਾਈਸ਼ ਵਿੱਚ ਦਾਖਲ ਹੋ ਗਏ ਸਨ ਅਤੇ ਸੰਸਦ ਦੇ ਸਪੀਕਰ ਮਹਿੰਦਰਾ ਯਾਪਾ ਨੂੰ ਵੀ ਸ਼ਨੀਵਾਰ ਰਾਤ ਨੂੰ ਕਿਹਾ ਸੀ ਕਿ ਰਾਜ ਪ੍ਰਕਾਸ਼ 13 ਜੁਲਾਈ ਨੂੰ ਅਸਤੀਫਾ ਦੇਣਗੇ ਜਦਕਿ ਦੇਸ਼ ਵਿੱਚ ਮਾੜੇ ਆਰਥਿਕ ਅਤੇ ਸਿਆਸੀ ਹਾਲਾਤ ਵਿੱਚਲੇ ਪ੍ਰਧਾਨ ਮੰਤਰੀ ਵਿਕਰਮ ਸਿੰਘਾ ਪਹਿਲਾਂ ਹੀ ਅਸਤੀਫਾ ਦੇਣ ਦੇ ਲਈ اپنی ਇੱਛਾ ਜ਼ਾਹਿਰ ਕਰ ਚੁੱਕੇ ਸੋ ਅਮਰੀਕਾ ਨੇ ਵੀ ਇਸ ਦੇ ਉੱਪਰ ਆਪਣੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਜੀ ਕਿ ਲੋਕਾਂ ਨੂੰ ਉਥੇ ਭਾਈਚਾਰਕ ਸਾਝ ਬਣਾ ਕੇ ਰੱਖਣੀ ਚਾਹੀਦੀ ਹੈ ਔਰ ਦੇਸ਼ ਦੇ ਲਈ ਚੰਗਾ ਜਿਹੜਾ ਇੱਕ ਚੰਗਾ ਭਵਿੱਖ ਜਿਹੜਾ ਉਹ ਬਣਾਉਣਾ ਚਾਹੀਦਾ ਔਰ ਲੋਕਾਂ ਦੇ ਨਾਲ ਵਚਨਬੰਦਤਾ ਦੇ ਨਾਲ ਕੰਮ ਕਰਨ ਦੀ ਲੋੜ ਹੈਗੀ ਆ ਸੋ ਜਿਸ ਤੇ ਨਾਲ ਜੋ ਆਰਥਿਕ ਹਾਲਾਤ ਜਿਹੜੇ ਆ ਸ਼੍ਰੀਲੰਕਾ ਦੇ ਬਣੇ ਹੋਏ ਆ ਉਹਨਾਂ ਨੂੰ ਠੀਕ ਕੀਤਾ ਜਾ ਸਕੇ ਸੋ ਇਹ ਅਮਰੀਕਾ ਦੇ ਵੀਸਟੇ ਉੱਪਰ ਬਿਆਨ ਆਇਆ ਚਾਈਨਾ ਨੇ ਵੀ ਆਪਣੇ ਲੋਕਾਂ ਨੂੰ ਕਿਹਾ ਕਿ ਜਿਹੜੇ ਚਾਈਨੀਜ਼ ਉੱਥੇ ਹੈਗੇ ਆ ਕਿਉਂਕਿ ਚਾਈਨਾ ਦਾ ਬਹੁਤ ਵੱਡਾ ਜਿਹੜਾ ਪ੍ਰੋਜੈਕਟ ਆ ਉਹ ਉੱਥੇ ਚੱਲਦੇ ਆ ਸੋ ਉਹਨਾਂ ਨੇ ਆਪਣੇ ਲੋਕਾਂ ਨੂੰ ਕਿਹਾ ਜੀ ਕਿ ਤੁਸੀਂ ਉੱਥੇ ਕਿਸੇ ਵੀ ਤਰ੍ਹਾਂ ਦੇ ਪ੍ਰਦਰਸ਼ਨਾਂ ਦੇ ਵਿੱਚ ਹਿੱਸੇਦਾਰੀ ਜਿਹੜੀ ਆ ਉਹ ਨਾਲ ਉਹ ਨਹੀਂ ਹੋਣਾ ਪ੍ਰਦਰਸ਼ਨਾਂ ਦੇ ਵਿੱਚ ਸ਼ਾਮਲ ਹੋਵੋ ਸੋ ਉਹਨਾਂ ਨੇ ਆਪਣੇ ਲੋਕਾਂ ਨੂੰ ਬਿਲਕੁਲ ਇਹੋ ਜਿਹਿਆਂ ਕਟਰਾਵਾਂ ਤੋਂ ਦੂਰ ਰਹਿਣ ਲਈ ਕਿਹਾ ਔਰ ਨਾਲ ਦੀ ਨਾਲ ਅਮਰੀਕਾ ਨੇ ਕਿਹਾ ਜੀ ਕਿ ਆਪਣੀ ਭਾਈਚਾਰਕ ਸਾਂਝ ਲਈ ਆ ਉਹ ਲੋਕਾਂ ਦੇ ਨਾਲ ਬਣਾ ਕੇ ਰੱਖੋ ਲੋਕਾਂ ਦੇ ਨਾਲ ਲੋਕਾਂ ਨੂੰ ਕਿਹਾ ਹੈ ਅਪੀਲ ਕੀਤੀ ਹੈ ਕਿ ਆਪਣੇ ਦੇਸ਼ ਦੀ ਆਰਥਿਕ ਸਥਿਤੀ ਜਿਹੜੀ ਆ ਉਸ ਨੂੰ ਠੀਕ ਕਰਨ ਦੇ ਲਈ ਵੀ ਜਿਹੜੀ ਆ ਉਹ ਗੱਲਬਾਤ ਕੀਤੀ ਗਈ ਹੈ ਸੋ ਬਿਲਕੁਲ ਇਹ ਇੱਕ ਵੱਡੀ ਗੱਲ ਹੈਗੀ ਆ ਚਾਹੇ ਉਹ ਅਮਰੀਕਾ ਵੱਲੋਂ ਕੀਤੀ ਹੋਏ ਚਾਹੇ ਉਹ ਚਾਈਨਾ ਵੱਲੋਂ ਹੈਗੀ ਆ ਸੋ ਉਹਨਾਂ ਨੇ ਕਿਹਾ ਜੀ ਕਿ ਜਿਹੜੇ ਚਾਈਨਿਸ ਲੋਕ ਉੱਥੇ ਰਹਿ ਰਹੇ ਆ ਉਹ ਇਹਨਾਂ ਪ੍ਰਦਰਸ਼ਨਕਾਰੀਆਂ ਦਾ ਹਿੱਸਾ ਨਾ ਬਣਨ ਨਾ ਹੀ ਉਹ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ ਜਾਣ ਜਿਸ ਤੇ ਨਾਲ ਉੱਥੇ ਲੋਕਾਂ ਦੀ ਜਾਣਵਾਲ ਦੀ ਇਹ ਜਿਹੜੀ ਆ ਉਹ ਪਰੇਸ਼ਾਨੀ ਬਣੇ ਸੋ ਅਗਲੀ ਖਬਰ ਜਿਹੜੀ ਆ ਉਹ ਖਦੇੜ ਥਰਮਲ ਹਿੰਸਾ ਦੇ ਨਾਲ ਜੁੜੀ ਹੋਈ ਹੈ ਕਿਸਾਨਾਂ ਦੀ ਰਿਹਾਈ ਅਤੇ ਹੋਰ ਮੰਗਾਂ ਮਨਾਉਣ ਲਈ 72 ਘੰਟੇ ਦਾ ਅਲਟੀਮੇਟਮ ਜਿਹੜਾ ਹਰਿਆਣਾ ਸਰਕਾਰ ਨੂੰ ਉਹ ਕਿਸਾਨ ਜਥੇਬੰਦੀਆਂ ਵਿਚਲੀ ਮੀਟਿੰਗ ਜਿਹੜੀ ਆ ਉਹ ਬੇਸਿਤਾ ਲੀਕ ਨਿਕਲੀ ਆ ਕਿਉਂਕਿ ਕਿਸਾਨਾਂ ਵੱਲੋਂ ਤਰਨਾ ਜਿਹੜਾ ਉਹ ਲਾਇਆ ਗਿਆ ਸੀ ਔਰ ਉਹਨਾਂ ਦੀ ਮੀਟਿੰਗ ਜਿਹੜੀ ਆ ਉਹ ਹਰਿਆਣਾ ਸਰਕਾਰ ਮਨੋਰ ਲਾਲ ਖੱਟੜ ਦੀ ਸਰਕਾਰ ਦੇ ਨਾਲ ਹੋਈ ਸੀ ਪਰ ਉਸ ਮੀਟਿੰਗ ਦੇ ਵਿੱਚੋਂ ਕੋਈ ਇਹੋ ਜੀਆਂ ਚੰਗੀਆਂ ਖਬਰਾਂ ਜਿਹੜੀਆਂ ਉਹ ਸਾਹਮਣੇ ਨਹੀਂ ਆਈਆਂ ਮੀਟਿੰਗ ਜਿਹੜੀ ਆ ਉਹ ਬੇਸਿਤਾ ਰਹੀ ਆ ਖਦੇੜ ਥਰਮਲ ਪਲਾਂਟ ਜਿਹੜਾ ਪਾਵਰ ਪਲਾਂਟ ਸੀਗਾ ਉਸ ਦੀ ਸਵਾ ਚੱਕਣ ਦੇ ਮਾਮਲੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਅਤੇ ਪ੍ਰਸ਼ਾਸਨ ਵਿਚਲੇ ਵਿਵਾਦ ਹੋਰ ਪੱਕ ਗਿਆ ਜਿਸ ਮੁੱਦੇ ਤੇ ਹਰਿਆਣਾ ਸਰਕਾਰ ਤੇ ਕਿਸਾਨ ਜਥੇਬੰਦੀਆਂ ਵਿਚਲੇ ਅੱਜ ਮੀਟਿੰਗ ਜਿਹੜੀ ਆ ਉਹ ਬਿਸਸਾ ਬੇਸਿੱਟਾ ਰਹੀ ਹੈ ਜਿਸ ਮਗਰੋਂ ਪ੍ਰਦਰਸ਼ਨਕਾਰੀਆਂ ਨੇ ਗ੍ਰਿਫਤਾਰ ਪੰਜ ਕਿਸਾਨਾਂ ਦੀ ਰਿਹਾਈ ਅਤੇ ਹੋਰ ਮੰਗਾਂ ਮਨਾਉਣ ਲਈ ਪ੍ਰਦਰਸ਼ਨ ਨੂੰ 24 ਘੰਟੇ ਦਾ ਅਲਟੀਮੇਟਮ ਦਿੱਤਾ ਇਸ ਮਾਮਲੇ ਨੂੰ ਲੈ ਕੇ ਸ਼ੁੱਕਰਵਾਰ ਨੂੰ ਖਡੇੜ ਵਿੱਚ ਹੋਈ ਹਿੰਸਾ ਦੌਰਾਨ ਕਿਸਾਨ ਆਗੂ ਤਰਮਪਾਲ ਮੌਤ ਹੋ ਗਈ ਸੀ ਜਿਸ ਸਬੰਧਿਤ ਤੇ ਪੁਲਿਸ ਨੇ 10 ਕਿਸਾਨ ਆਗੂਆਂ ਸਨੇ 700 ਤੋਂ 800 ਅਨਪਛਾਤੇ ਵਿਅਕਤੀਆਂ ਖਿਲਾਫ ਕੇਸ ਜਿਹੜਾ ਦਰਜ ਕਰ ਲਿਆ ਸੀ ਦੂਜੇ ਪਾਸੇ ਪੁਲਿਸ ਨੇ ਪੰਜ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਪੁਲਿਸ ਕਾਰਵਾਈ ਤੋਂ ਨਾਰਾਜ਼ ਕਿਸਾਨਾਂ ਤੋਂ ਪ੍ਰਸ਼ਾਸਨ ਖਿਲਾਫ ਸੰਘਰਸ਼ ਹੋਰ ਤੇਜ਼ ਕਰ ਦਿੱਤਾ ਅੱਜ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਹਰਿਆਣਾ ਸਰਕਾਰ ਵਿਚਾਰ ਕਈ ਘੰਟੇ ਮੀਟਿੰਗ ਹੋਈ ਹੈ ਜਿਹੜੀ ਅੱਗੇ ਚੱਲ ਰਹੀ ਹੈ ਮੀਟਿੰਗ ਵਿੱਚ ਵਿਧਾਇਕ ਅ ਅਬੇ ਚਟਾਲਾ ਭਾਰਤੀ ਕਿਸਾਨ ਯੂਨੀਅਨ ਚਡੋਨੀ ਦੇ ਪ੍ਰਧਾਨ ਗੁਰਨਾਮ ਸਿੰਘ ਚਡੋਨੀ ਸ਼ਤੀਸ਼ ਕੋਟਾ ਅਤੇ ਆਦੀ ਅਧਿਆਦਰਸ਼ਨ ਤੇ ਵੱਖ ਖਾਪ ਦੇ ਪੰਚਾਇਤ ਦੇ ਪ੍ਰਧਾਨ ਨੇ ਹਿੱਸਾ ਲਿਆ ਆਗੂਆਂ ਨੇ ਕਿਹਾ ਕਿ ਕਿਸਾਨ ਅਗੂ ਟਰਮਪਾਲ ਦੀ ਮੌਤ ਪੁਲਿਸ ਦੀ लाठी ਲੱਗਨ ਕਰਨ ਹੋਈ ਹੈ ਜਿਸ ਕਰਕੇ ਕਿਸਾਨਾਂ ਖਿਲਾਫ ਧਾਰਾ 302 ਤਹਿਤ ਕੇਸ ਦਰਜ ਕਰਨਾ ਗਲਤ ਹੈ ਇਸ ਤੋਂ ਇਲਾਵਾ ਧਰਮਪਾਲ ਦੇ ਪੋਸਟਮਾਰਟਮ ਲਈ ਤਿਆਰ ਕਿਤੇ ਮੈਡੀਕਲ ਬੋਰਡ ਵਿੱਚ ਕਿਸਾਨ ਆਗੂਆਂ ਨੂੰ ਸ਼ਾਮਲ ਕਰਨ ਦੀ ਮੰਗ ਵੀ ਕੀਤੀ ਗਈ ਹੈ ਹੁਣਾਂ ਕਿਹਾ ਕਿ ਜਦੋਂ ਤੱਕ ਸਰਕਾਰ ਮੰਗਾ ਨਹੀਂ ਮੰਨਦੀ ਉਸ ਸਮੇਂ ਤੱਕ ਧਰਮਪਾਲ ਦਾ ਸਸਕਾਰ ਨਹੀਂ ਕੀਤਾ ਜਾਵੇਗਾ ਕਿਸਾਨਾਂ ਦੀ ਮੰਗ ਕਿਤੇ ਵੀ ਪੁਲਿਸ ਵੱਲੋਂ ਗ੍ਰਿਫਤਾਰ ਕਿਤੇ ਪੰਜ ਕਿਸਾਨ ਆਗੂਆਂ ਨੂੰ ਰਿਹਾ ਕੀਤਾ ਜਾਵੇ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਹਰਿਆਣਾ ਪੁਲਿਸ ਨੇ 72 ਘੰਟਿਆਂ ਵਿੱਚ ਕਿਸਾਨਾਂ ਨੂੰ ਰਿਹਾ ਨਹੀਂ ਕੀਤਾ ਤੇ ਹੋਰ ਮੰਗਾਂ ਨਾ ਮੰਨੀਆਂ ਗਈਆਂ ਤੇ 13 ਜੁਲਾਈ ਨੂੰ ਕਿਸਾਨ ਮਹਾਪੰਚਾਇਤ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਆ ਕਿਸਾਨ ਆਗੂਆਂ ਨੇ ਮ੍ਰਿਤਕ ਕਿਸਾਨ ਤਰਮਪਾਲ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਅਤੇ ਮੁਆਵਜ਼ਾ ਦੇਣ ਦੀ ਮੰਗ ਵੀ ਜਿਹੜੀ ਆ ਉਹ ਕੀਤੀ ਆ। ਸੋ ਇੱਥੇ ਉਹਨਾਂ ਨੇ ਕਿਹਾ ਜੀ ਕਿ ਆ ਥਾਣਾ ਬਰਬਲਾ ਵਿੱਚ ਆਪੀਸੀ ਦੀਆਂ ਧਾਰਾਵਾਂ 302 307 323 332 333 353 109 100 ਬੀ ਬੀ 147 148 186 ਤਹਿਤ ਦਰਜ ਕੀਤੇ ਮਾਮਲੇ ਨੂੰ ਜਿਹੜਾ ਕੀਤਾ ਹੋਇਆ ਪੁਲਿਸ ਵੱਲੋਂ ਨਾਮਜ਼ਦ ਕੀਤੇ ਗਏ ਵਿਅਕਤੀਆਂ ਵਿੱਚ ਰਵੀ ਆਜ਼ਾਦ ਕਾਲੀ RAM ਸ਼ਮਸ਼ੇਰ ਬ੍ਰਹਮਪrakash ਪ੍ਰਦਾਨ RAM ਨਿਵਾਸ ਦਾਦੀਆਂ ਸਤਿੰਦਰ ਸ਼ਰਨਾ ਅ ਮਨਦੀਪ ਅਮਨ ਸ਼ਿ ਸੁਨੀਲ ਅਤੇ ਹੋਰ ਬਹੁਤ ਸਾਰੇ ਜਿਹੜੇ ਕਿਸਾਨ ਆਗੂ ਹੈਗੇ ਆ ਉਹਨਾਂ ਦੇ ਨਾਮ ਇਹ ਜਿਹੜੀਆਂ ਧਾਰਾਵਾਂ ਲਾਈਆਂ ਗਈਆਂ ਜਿਨ੍ਹਾਂ ਵਿੱਚੋਂ ਪੰਜ ਜਣਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਦੱਸਣਯੋਗ ਇਹ ਹੈ ਕਿ ਆ ਥਰਮਲ ਪਲਾਂਟ ਵਿੱਚ ਨਿਕਲਣ ਵਾਲੀ ਸਵਾਹ ਜਿਹੜੀ ਹੈ ਚੁੱਕਨ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਪ੍ਰਬੰਧਕ ਦਰਮਿਆਨ ਵਿਵਾਦ ਜਿਹੜਾ ਉਹ ਚੱਲ ਰਿਹਾ ਸੀ ਕਿਸਾਨਾਂ ਤੇ ਮਜ਼ਦੂਰ ਜਥੇਬੰਦੀਆਂ ਸਵਾਹ ਮੁਫਤ ਚੁੱਕਣ ਲਈ ਜਿਹੜੀ ਆ ਉਹ ਗੱਲ ਕਰਦੇ ਸੀ ਕਿ ਜਦ ਕੀ ਪ੍ਰਬੰਧਕਾਂ ਨੇ ਭਵਿਕ ਵਿੱਚ ਪਲਾਂਟ ਦੀ ਸਵਾਹ ਨੂੰ ਵੇਚਣ ਲਈ ਟੈਂਡਰ ਜਾਰੀ ਕੀਤੇ ਹਨ ਸੋ ਦਰਸ਼ਕੋ ਸੋ ਇਸ ਮਾਮਲੇ ਦੇ ਵਿੱਚ ਵੀ ਜਿਹੜੀ ਆ ਉਹ ਕਾਫੀ ਗੱਲਾਂ ਬਾਤਾਂ ਜਿਹੜੀਆਂ ਉਹ ਸਾਹਮਣੇ ਆਈਆਂ ਜਿਸ ਵਿੱਚ ਇੱਕ ਕਿਸਾਨ ਦੀ ਜਿਹੜੀ ਆ ਉਹ ਪੁਲਿਸ ਦੀ ਲੱਠ ਲੱਗਨ ਕਰਕੇ ਮੌਤ ਹੋਈ ਹੈ ਇਹ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਦੂਸਰੇ ਪਾਸੇ ਉਹਨਾਂ ਨੇ ਇਸੇ ਮਾਮਲੇ ਦੇ ਵਿੱਚ ਲੋਕਾਂ ਦੇ ਉੱਪਰ ਜਿਹੜੇ ਆ ਉਹ ਮਾਮਲੇ ਦਰਜ ਕੀਤੇ ਆ 702 8 ਅਣਪਛਾਤੇ ਅਣਪਛਾਤੇ ਲੋਕਾਂ ਦੇ ਉੱਪਰ ਮਾਮਲਾ ਦਰਜ ਕੀਤਾ ਔਰ ਦੂਸਰੇ ਪਾਸੇ ਜੇ ਅਸੀਂ ਗੱਲ ਕਰੀਏ ਕਿ ਪੰਜ ਕਿਸਾਨ ਜਿਹੜੇ ਆ ਉਹ ਪੁਲਿਸ ਨੇ ਹਿਰਾਸਤ ਦੇ ਵਿੱਚ ਵੀ ਲਏ ਹੋਏ ਆ ਸੋ ਇਹਨਾਂ ਉੱਪਰ 302 307 323 332 333 353 109 120ਬੀ 147 148 186 ਤਹਿਤ ਜਿਹੜੇ ਆ ਉਹ ਮਾਮਲੇ ਦਰਜ ਕਰ ਲਿੱਤੇ ਹੋਏ ਆ ਸੋ ਸੰਘਰਸ਼ ਜਿਹੜਾ ਉਹ ਬੱਕ ਬੱਕ ਸੂਬਿਆਂ ਦੇ ਵਿੱਚ ਚੱਲ ਰਿਹਾ ਕਿਸਾਨ ਜਿਹੜੇ ਆ ਪਹਿਲਾਂ ਦਿੱਲੀ ਦੇ ਵਿੱਚ ਵੱਡਾ ਸੰਘਰਸ਼ ਜਿਹੜਾ ਕਿਸਾਨਾਂ ਵੱਲੋਂ ਸਰਕਾਰ ਦੇ ਖਿਲਾਫ ਕੀਤਾ ਸੀਗਾ ਹੁਣ ਫੇਰ ਜਿਹੜੇ ਕਿਸਾਨ ਹੈਗੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਦੇ ਉੱਪਰ ਆ ਚੁੱਕੇ ਆ ਇਸ ਸਵਾਹ ਚੁੱਕਣ ਦੇ ਨਾਲ ਹੀ ਇਹ ਸੰਘਰਸ਼ ਸ਼ੁਰੂ ਹੋਇਆ ਜਿਹੜੀ ਇੱਕ ਥਰਮਲ ਪਲਾਂਟ ਦੀ ਸਵਾਹ ਹੈਗੀ ਆ ਉਸ ਦੇ ਉੱਪਰ ਜਿਹੜਾ ਕਿ ਮਾਮਲਾ ਜਿਹੜਾ ਉਹ ਪੱਕਿਆ ਹੋਇਆ ਸੋ ਉਸ ਮਾਮਲੇ ਦੇ ਉੱਪਰ ਹੁਣ ਸਰਕਾਰ ਵੱਲੋਂ ਇਹ ਗੱਲਬਾਤ ਕੀਤੀ ਜਾ ਰਹੀ ਹੈ ਕਿ ਜਿਹੜੀ ਸਵਾਹ ਹੈ ਉਸ ਦਾ ਜਿਹੜਾ ਟੈਂਡਰ ਹੈ ਉਸ ਨੂੰ ਦੇਣ ਦੀ ਗੱਲਬਾਤ ਕੀਤੀ ਜਾ ਰਹੀ ਹੈ ਕਿ ਇਹ ਟੈਂਡਰ ਜਿਹੜਾ ਉਹ ਦਿੱਤਾ ਜਾਣਾ ਔਰ ਉਹ ਸਵਾਹ ਜਿਹੜੀ ਪਹਿਲਾਂ ਵੇਚੀ ਜਾਂਦੀ ਸੀ ਉਸ ਦੀ ਹੁਣ ਪਰਪਾਈ ਕਰਨੀ ਪੈਗੀ ਉਸ ਤੇ ਪੈਸੇ ਦੇਣੇ ਪੈਣਗੇ ਸੋ ਅਗਲੀ ਖਬਰ ਜਿਹੜੀ ਹੈ ਪੰਜਾਬ ਸਰਕਾਰ ਵੱਲੋਂ ਹੁਣ ਇੱਕ ਅ ਮੀਟਿੰਗ ਇਕ ਟੀਏ ਫਾਰਮੂਲੇ ਦੀ ਤਿਆਰੀ ਜਿਹੜੀ ਉਹ ਕੀਤੀ ਜਾ ਰਹੀ ਹੈ ਸੋ ਵਿਧਾਨ ਸਭਾ ਕਮੇਟੀ ਵਿੱਚ ਲਾਗੂ ਹੋਵੇਗਾ ਜਿਹੜੇ ਇੱਕ ਮੀਟਿੰਗ ਤੇ ਇੱਕ ਟੀਏ ਦੇ ਹਿਸਾਬ ਦੇ ਨਾਲ ਅਗਲੀਆਂ ਜਿਹੜੀਆਂ ਉਹ ਇੱਕ ਨਵੀਂ ਜਿਹੜਾ ਕਿ ਫਰਮਾਨ ਜਿਹੜਾ ਉਹ ਜਾਰੀ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਸਰਕਾਰ ਦੇ ਚੱਲਿਆਂ ਆਪਣੇ ਹੀ ਵਿਧਾਇਕਾਂ ਦੀ ਨਾਰਾਜ਼ਗੀ ਦੀ ਜਿਹੜੀ ਆ ਉਹ ਵੀ ਨਰਾਜਗੀ ਸੈਣੀ ਪੈ ਸਕਦੀ ਹੈ ਇਸ ਦੀ ਗੱਲ ਵੀ ਜਿਹੜੀ ਆ ਉਹ ਸਾਹਮਣੇ ਆਈ ਹੈ ਆ ਪੰਜਾਬ ਸਰਕਾਰ ਨੇ ਇੱਕ ਇਹ ਇੱਕ ਮੀਟਿੰਗ ਦੀ ਗੱਲਬਾਤ ਜਿਹੜੀ ਆ ਉਹ ਹੁਣ ਵਿਚਾਰੀ ਹੈ ਜਿਸ ਤੇ ਉੱਪਰ ਪੰਜਾਬ ਵਿਧਾਨ ਸਭਾ ਵਿੱਚ ਹੁਣ ਇੱਕ ਮੀਟਿੰਗ ਇੱਕ ਟੀਏ ਫਾਰਮੂਲਾ ਲਾਗੂ ਕਰਨ ਦੀ ਤਿਆਰੀ ਖਿੱਚੀ ਜਾ ਰਹੀ ਹੈ ਆਪ ਸਰਕਾਰ ਨੇ ਪਹਿਲਾਂ ਮਹਿੰਮ ਤਹਿਤ ਸਾਬਕਾ ਵਿਧਾਇਕਾਂ ਨੂੰ ਇੱਕ ਅਰ ਟਰਮ ਇੱਕ ਪੈਨਸ਼ਨ ਦੇਣ ਦਾ ਵਜਰਾ ਕੇ ਉਹ ਫੈਸਲਾ ਕੀਤਾ ਸੀ ਹੁਣ ਅਗਲੇ ਪੜਾਅ ਵਿੱਚ ਮੌਜੂਦਾ ਵਿਧਾਇਕਾਂ ਦੇ ਟੀਏ ਟੀਏ ਮਤਲਬ ਕਿ ਸਫਰ ਪਤਾ ਜਿਹੜਾ ਕਿ ਟਰੈਵਲ ਅਲਾਉਂਸ ਹੈਗਾ ਉਸ ਤੇ ਉੱਪਰ ਕਟ ਲਾਉਣ ਦੀ ਤਿਆਰੀ ਜਿਹੜੀ ਆ ਉਹ ਕੀਤੀ ਆ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਇਸ ਬਾਰੇ ਵਿਚਾਰ ਵਟਾਂਦਰਾ ਸ਼ੁਰੂ ਕਰ ਦਿੱਤਾ ਤੇ ਜੇਕਰ ਗੱਲ ਸਾਰੇ ਸਿਰੇ ਚੜੀ ਤਾਂ ਸਾਲਾਨਾ ਕਰੀਬ 2.70 ਕਰੋੜ ਰੁਪਏ ਜਿਹੜੀ ਬਚਤ ਹੋਵੇਗੀ ਅ ਅਸੀਂ ਤੁਹਾਨੂੰ ਦੱਸ ਦਈਏ ਜੀ ਕਿ ਅ ਵਿਧਾਨ ਸਭਾ ਦੇ ਕਰੀਬ 15 ਕਮੇਟੀਆਂ ਹਨ ਜਿਨ੍ਹਾਂ ਦੀਆਂ ਮੀਟਿੰਗਾਂ ਹਰ ਮੰਗਲਵਾਰ ਅਤੇ ਸ਼ੁੱਕਰਵਾਰ ਹੁੰਦੀਆਂ ਹਨ ਇੱਕ ਇੱਕ ਵਿਧਾਇਕ ਦੋ ਦੋ ਕਮੇਟੀਆਂ ਦੇ ਮੈਂਬਰ ਵੀ ਹਨ ਕਰੀਬ 100 ਵਿਧਾਇਕ ਇਸ ਵੇਲੇ ਵਿਧਾਨ ਸਭਾ ਕਮੇਟੀਆਂ ਦੇ ਚੇਅਰਮੈਨ ਅਤੇ ਮੈਂਬਰ ਹਨ ਪਹਿਲਾਂ ਇੱਕ ਮੀਟਿੰਗ ਚ 1000 ਹਾਜ਼ਰ ਹੋਣ ਬਾਅਦ ਹੋਣ ਦੇ ਬਦਲੇ ਵਿਧਾਇਕਾਂ ਨੂੰ 3 ਦਿਨਾਂ ਦਾ ਟੀਏ ਮਿਲਦਾ ਸੀ ਮਤਲਬ ਕਿ ਮੀਟਿੰਗ ਵਿੱਚ ਚੰਡੀਗੜ੍ਹ ਆਉਣਾ ਦੂਸਰੇ ਦਿਨ ਮੀਟਿੰਗ ਅਟੈਂਡ ਕਰਨਾ ਅਤੇ ਤੀਜੇ ਦਿਨ ਵਾਪਸ ਜਾਣ ਦਾ ਟੀਏ ਜਿਹੜਾ ਉਹ ਦਿੱਤਾ ਜਾਂਦਾ ਸੀ ਮੌਜੂਦਾ ਸਮੇਂ ਪ੍ਰਤੀ 1500 ਰੁਪਈਆ ਟੀਏ ਜਿਹੜਾ ਉਹ ਦਿੱਤਾ ਜਾਂਦਾ ਇੱਕ ਮੀਟਿੰਗ ਅਟੈਂਡ ਕਰਨ ਦੇ ਵਿਧਾਇਕਾਂ ਨੂੰ 3 ਦਿਨਾਂ ਦਾ T.A. ਭਾਅ 4500 ਰੁਪਏ ਮਿਲਦੇ ਸਨ ਹੁਣ ਨਵਾਂ ਫੈਸਲਾ ਲਿਆ ਜਾ ਰਿਹਾ ਕਿ ਇੱਕ ਵਿਧਾਇਕ ਨੂੰ ਇੱਕ T.A. ਦਿੱਤਾ ਜਾਏਗਾ ਸੋ ਇਸ ਦੇ ਉੱਪਰ ਜਿਹੜੀ ਵਿਚਾਰ ਚਲ ਚਾ ਜਿਹੜੀ ਚੱਲ ਰਹੀ ਹੈ 1500 ਰੁਪਏ ਜਿਹੜਾ ਉਹ T.A. ਦੇ ਰੂਪ ਦੇ ਵਿੱਚ ਦਿੱਤਾ ਜਾਣਾ ਸੋ ਇਸ T.A. ਦੇ ਉੱਪਰ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਜੀ ਕਿ ਸਰਕਾਰ ਨੇ ਜਿਹੜਾ ਨਵਾਂ ਫੈਸਲਾ ਲੈ ਰਹੀ ਹੈ ਕਿ T.A. ਦੇ ਚੱਲਦੇ ਆ ਜਿਹੜਾ ਕਿ ਆ ਪਹਿਲਾਂ ਉਹਨਾਂ ਨੇ ਦੱਸਿਆ ਕਿ ਪਹਿਲਾਂ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਅੱਜ ਤੋਂ 10-12 ਸਾਲ ਦੀ ਪੁਰਾਣੀ ਗੱਲ ਕਰਦੇ ਪਿਆ ਮੇਰੇ ਕਲਪ ਚ ਉਸ ਤੋਂ ਵੀ ਵੱਧ ਹੋਣਾ ਸਰਕਾਰ ਦੇ ਕੋਲ ਇੰਨੀਆਂ ਜ਼ਿਆਦਾ ਗੱਡੀਆਂ ਜਾਣੀਆਂ ਜ਼ਿਆਦਾ ਸਹੂਲਤਾਂ ਨਹੀਂ ਸੀਗੀਆਂ ਐਮਐਲਏ ਹੋਣ ਚਾਹੇ ਮੰਤਰੀ ਹੋਣ ਸੋ ਉਹਨਾਂ ਨੂੰ ਜਦੋਂ ਆਪਣੇ ਘਰਾਂ ਤੋਂ ਜਾਂ ਆਪਣੇ ਪਿੰਡਾਂ ਤੋਂ ਜਾਂ ਆਪਣੇ ਸ਼ਹਿਰਾਂ ਤੋਂ ਆਉਣਾ ਪੈਂਦਾ ਸੀ ਤੇ ਬਸ ਦਾ ਸਫਰ ਔਰ ਉੱਥੇ ਆ ਕੇ ਚੰਡੀਗੜ੍ਹ ਦੇ ਵਿੱਚ ਰਹਿਣਾ ਫਿਰ ਇੱਕ ਅਗਲੇ ਦਿਨ ਮੀਟਿੰਗ ਅਟੈਂਡ ਕਰਨੀ ਫਿਰ ਵਾਪਸ ਆਪਣੇ ਘਰਾਂ ਨੂੰ ਪਰਤਣਾ ਸੋ ਉਹ ਤਿੰਨ ਦਿਨਾਂ ਦਾ ਟੀਏ ਜਿਹੜਾ ਉਹ ਦਿੱਤਾ ਜਾਂਦਾ ਸੀ ਸੋ ਉਹ 1500 ਰੁਪਏ ਪ੍ਰਤੀ ਦਿਨ ਟ੍ਰੈਵਲ ਅਲਾਉਂਸ ਦੇ ਤੌਰ ਦੇ ਉੱਪਰ ਦਿੱਤਾ ਜਾਂਦਾ ਸੀ ਸੋ ਜਿਸ ਨੂੰ 4500 ਰੁਪਏ ਪ੍ਰਤੀ ਮੀਟਿੰਗ ਜਿਹੜਾ ਉਹ ਇੱਕ ਵਿਧਾਇਕ ਨੂੰ ਮਿਲਦਾ ਸੀਗਾ ਸੋ ਹਫਤੇ ਦੇ ਵਿੱਚ ਮੰਗਲਵਾਰ ਤੇ ਬੁੱਧਵਾਰ ਦੀਆਂ ਮੀਟਿੰਗਾਂ ਜਿਹੜੀਆਂ ਦੱਸੀਆਂ ਹੋਈਆਂ ਸੋ ਇਹ ਵਿਧਾਇਕ ਦੋਵੇਂ ਮੀਟਿੰਗਾਂ ਦੇ ਮੈਂਬਰ ਵੀ ਹੈਗੇ ਆ ਜਾਂ ਜਾਦਾ ਮੀਟਿੰਗਾਂ ਦੇ ਮੈਂਬਰ ਵੀ ਹੈਗੇ ਆ ਜਾਂ ਕੁਝ ਉਹਨਾਂ ਦੇ ਚੇਅਰਮੈਨ ਹੈਗੇ ਆ ਸੋ ਉਹ ਜਦੋਂ ਆਉਂਦੇ ਸੀ ਸੋ ਉਹ ਕਹਿੰਦੇ ਆ ਕਿ 4500 ਰੁਪਈਆ ਪ੍ਰਤੀ ਟ੍ਰਿਪ ਦਾ ਉਹਨਾਂ ਨੂੰ ਮਿਲਦਾ ਸੀਗਾ ਜਿਹੜਾ ਕਿ ਹੁਣ 1500 ਰੁਪਈਆ ਕੀਤਾ ਜਾ ਰਿਹਾ ਸੋ ਉਸ ਦੇ ਨਾਲ ਜਿਹੜਾ ਕਿ ਸਰਕਾਰ ਦੇ ਉੱਪਰ ਬੋਝ ਵੀ ਘਟੇਗਾ ਅਤੇ 2 ਕਰੋੜ 70 ਹਜ਼ਾਰ ਰੁਪਈਆ ਜਿਹੜਾ ਉਹ ਸਾਲ ਦਾ ਸਰਕਾਰ ਨੂੰ ਜਿਹੜਾ ਉਹ ਬਚਿਆ ਕਰੇਗਾ ਸੋ ਇਹਨਾਂ ਟੀਅੰਸ ਦੇ ਵਿੱਚੋਂ ਜਿਹੜਾ ਕਿ ਇੱਕ ਵੱਡੀ ਬਚਤ ਦੀ ਗੱਲ ਜਿਹੜੀ ਆ ਉਹ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਕਿ ਜੇ ਇਹ ਟੀਏ ਇੱਕ ਟੀਏ ਇੱਕ ਮੀਟਿੰਗ ਦੇ ਹਿਸਾਬ ਦੇ ਨਾਲ ਜਿਉਂ ਕਰਦੇ ਆ ਤੇ ਉਹਦੇ ਨਾਲ ਜਿਹੜੀ ਹੈ ਕਿ ਸਰਕਾਰ ਨੂੰ ਕਾਫੀ ਵੰਡਾ ਜਿਹੜਾ ਉਹ ਫਾਇਦਾ ਮਿਲ ਸਕਦਾ ਸੋ ਅਗਲੀ ਖਬਰ ਜਿਹੜੀ ਆ ਉਹ ਬੀਐਸਐਫ ਦੇ ਨਾਲ ਸੰਬੰਧਤ ਹੈਗੀ ਹੈ ਬੀਐਸਐਫ ਨੇ 1.11 ਕਰੋੜ ਦੀ ਠੱਗੀ ਦਾ ਮਾਮਲਾ ਜਿਹੜਾ ਉਹ ਫਾਈਲਾਂ ਦੇ ਵਿੱਚ ਦੱਬਿਆ ਹੋਇਆ ਸੀਗਾ ਸੋ ਬੀਐਸਐਫ ਜਿਹੜੀ ਕਿ ਬਾਰਡਰ ਸਕਿਉਰਿਟੀ ਫੋਰਸ ਹੈਗੀ ਹੈ ਬਾਰਡਰ ਸਕਿਉਰਿਟੀ ਫੋਰਸ ਦੀ ਇੱਕ ਫਾਈਲ ਜਿਹੜੀ ਆ ਉਹ ਚੁੱਕੀ ਹੈ ਈਡੀ ਨੇ ਉਸ ਦੇ ਉੱਪਰ ਕਾਰਵਾਈ ਦੀ ਗੱਲ ਜਿਹੜੀ ਆ ਉਹ ਸਾਹਮਣੇ ਆ ਰਹੀ ਹੈ ਕਿ ਈਡੀ ਵੱਲੋਂ ਆ ਇਹਨਾਂ ਫਾਈਲਾਂ ਦੀ ਜਿਹੜੀ ਆ ਉਹ ਕਾਰਵਾਈ ਕੀਤੀ ਗਈ ਹੈ ਜਿਸ ਦੇ ਉੱਪਰ 1.11 ਕਰੋੜ ਰੁਪਈਆ ਜਿਹੜਾ ਉਹ ਆ ਈਡੀ ਵੱਲੋਂ ਹੁਣ ਲਿਆਂਦਾ ਗਿਆ 1.11 ਕਰੋੜ ਰੁਪਈਏ ਦੀ ਜਿਹੜੀ ਆ ਕਰਪਸ਼ਨ ਆ ਉਸ ਦੀ ਫਾਈਲ ਜਿਹੜੀ ਆ ਉਹ ਹੁਣ ਈਡੀ ਵੱਲੋਂ ਆ ਚੁੱਕੀ ਗਈ ਹੈ ਸੋ ਅਗਲੀ ਖਬਰ ਜਿਹੜੀ ਆ ਉਹ ਪੰਜਾਬ ਦੇ ਵਿੱਤ ਮੰਤਰੀ ਦੇ ਵੱਲੇ ਇੱਕ ਟਵੀਟ ਕੀਤਾ ਗਿਆ ਉਸ ਟਵੀਟ ਦੇ ਉੱਪਰ ਗੱਲਬਾਤ ਕਰਨੀ ਬਹੁਤ ਹੀ ਜ਼ਰੂਰੀ ਹੈਗੀ ਆ ਅ ਇਸ ਟਵੀਟ ਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਛੀਮਾ ਹੋਰਾਂ ਨੇ ਕਿਹਾ ਜੀ ਕਿ ਅਸੀਂ SYL ਦੇ ਰਾਹੀਂ ਇੱਕ ਬੂੰਦ ਪਾਣੀ ਤੱਕ ਜਿਹੜਾ ਉਹ ਕਿਸੇ ਦੂਸਰੇ ਸੂਬੇ ਨੂੰ ਨਹੀਂ ਦੇਵਾਂਗੇ ਸੋ ਇਸ ਦੇ ਉੱਪਰ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ ਪਾਣੀਆਂ ਦੇ ਮਸਲੇ ਦੇ ਉੱਪਰ SYL ਦੇ ਮਸਲੇ ਦੇ ਉੱਪਰ ਸਰਕਾਰਾਂ ਜਿਹੜੀਆਂ ਉਹ ਜਦੋਂ ਵੀ ਆਪਣੀ ਸਰਕਾਰ ਤੋਂ ਬਾਹਰ ਹੁੰਦੀਆਂ ਸੋ ਇਸ ਤਰ੍ਹਾਂ ਦੇ ਮਸਲੇ ਚੁੱਕੇ ਜਾਂਦੇ ਆ ਲੋਕਾਂ ਦੇ ਨਾਲ ਆ ਕਾਫੀ ਜਿਹੜੀਆਂ ਕਿ ਲੋਕਾਂ ਨੂੰ ਭਰਮਾਇਆ ਜਾਂਦਾ ਦੂਸਰੀਆਂ ਸਰਕਾਰਾਂ ਜਿਹੜੀਆਂ ਫਿਰ ਮਸਲੇ ਚੁੱਕਦੀਆਂ ਇੱਕ ਸਮਾਂ ਸੀ ਜਦੋਂ ਅਕਾਲੀ ਜਿਹੜੇ ਆ ਅਜੇ ਵੀ ਇਸ ਦੇ ਉੱਪਰ ਆਪਣਾ ਕਲੇਮ ਕਰਦੇ ਆ ਕਿ ਐਸਵਾਈਐਲ ਜੇ ਪਾਣੀ ਰੋਕਿਆ ਤੇ ਉਹ ਅਸੀਂ ਰੋਕਿਆ ਸੋ ਹੁਣ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜਿਹੜੇ ਹੈਗੇ ਆ ਉਹਨਾਂ ਵੱਲੋਂ ਇਹ ਬਿਆਨ ਦਿੱਤਾ ਗਿਆ ਪਾਣੀ ਦੀ ਇੱਕ ਬੂੰਦ ਜਿਹੜੀ ਐ ਐਸਵਾਈਐਲ ਰਾਹੀਂ ਹਰਿਆਣੇ ਨੂੰ ਨਹੀਂ ਜਾਵੇਗੀ ਇਹ ਹਰਪਾਲ ਸਿੰਘ ਛੀਮਾ ਹੋਰਾਂ ਨੇ ਟਵੀਟ ਕਰਕੇ ਇਸ ਗੱਲ ਦਾ ਜ਼ਿਕਰ ਕੀਤਾ ਸੋ ਜੇ ਅਸੀਂ ਗੱਲ ਕਰੀਏ ਕਿ ਇਹ ਜਿਹੜੀ ਐਸਵਾਈਐਲ ਹੈ ਇਸ ਦੀ ਸ਼ੁਰੂਆਤ ਜਿਹੜੀ ਹੈ 1982 ਦੇ ਵਿੱਚ ਕਾਂਗਰਸ ਦੇ ਦੌਰਾਨ ਹੋਈ ਸੀ ਔਰ ਕਪੂਰੀ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਅਟਕ ਲਾ ਕੇ ਤੇ S Y L ਦੀ ਸ਼ੁਰੂਆਤ ਕੀਤੀ ਗਈ ਸੀ 1990 ਦੇ ਵਿੱਚ ਜਦੋਂ ਇੱਕ ਪੰਜਾਬ ਦੇ ਵਿੱਚ ਖਾੜਕੂ ਸੰਘਰਸ਼ ਚੱਲ ਰਿਹਾ ਸੀ ਉਸ ਸਮੇਂ S Y L ਦੇ ਚੀਫ ਜਿਹੜੇ ਇੰਜੀਨੀਅਰ ਹੈਗੇ ਸੀ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ S Y L ਜਿਹੜੀ ਆ ਉਸ ਦਾ ਕਦੇ ਨਿਰਮਾਣ ਹੀ ਨਹੀਂ ਹੋਇਆ ਉਸ ਤੇ ਉੱਪਰ ਕਦੇ ਕੰਮ ਨਹੀਂ ਹੋਇਆ ਕਦੇ ਉਸ ਤੋਂ ਇੱਕ ਪਾਣੀ ਬੂੰਦ ਜਿਹੜੀ ਆ ਉਹ ਹਰਿਆਣਾ ਨੂੰ ਨਹੀਂ ਗਈ ਨਾ ਉਸ ਤੋਂ ਪਹਿਲਾਂ ਗਈ ਅਸਮੇ ਸਮੇਂ ਦੇ ਉੱਪਰ ਬੇਸ਼ੱਕ ਇਸ ਤਰ੍ਹਾਂ ਦੇ ਮੁੱਦੇ ਜਿਹੜੇ ਆ ਉਹ ਚੁੱਕਦੇ ਰਹੇ ਆ ਸਰਕਾਰਾਂ ਜਾਂ ਜਿਹੜੀਆਂ ਸਰਕਾਰਾਂ ਆਪਣੇ ਸਰਕਾਰ ਦੇ ਵਿੱਚੋਂ ਬਾਹਰ ਹੁੰਦੀਆਂ ਆ اپੋਜੀਸ਼ਨ ਦੇ ਵਿੱਚ ਹੁੰਦੀਆਂ ਚਾਹੇ ਉਹ ਕਾਂਗਰਸ ਹੋਵੇ ਚਾਹੇ ਅਕਾਲੀ ਹੋਣ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਪਰ ਜਦੋਂ ਇਹ ਸਰਕਾਰਾਂ ਦੇ ਵਿੱਚ ਆਂਦੀਆਂ ਉਦੋਂ ਇਹਨਾਂ ਮਸਲਿਆਂ ਦੇ ਉੱਪਰ ਜਿਹੜੀ ਆ ਉਹ ਕਦੇ ਵੀ ਗੱਲਬਾਤ ਨਹੀਂ ਕੀਤੀ ਜਾਂਦੀ ਪਰ ਗੱਲ ਜਿਹੜੀ ਆ ਪੰਜਾਬ ਦੇ ਪਾਣੀ ਦੀ ਆ ਔਰ ਹਰਪਾਲ ਸਿੰਘ ਕੀਮਾ ਹੋਰਾਂ ਨੇ ਕਿਹਾ ਜੀ ਕਿ ਪੰਜਾਬ ਪਾਣੀ ਇਸ ਕਰਕੇ ਇੱਕ ਬੂੰਦ ਵੀ ਹਰਿਆਣੇ ਨੂੰ ਨਹੀਂ ਦੇ ਸਕਦਾ ਕਿਉਂਕਿ ਪੰਜਾਬ ਦੇ ਕੋਲ ਆਪ ਪਾਣੀ ਨਹੀਂ ਹੈਗਾ ਪੰਜਾਬ ਦੇ ਕੋਲ ਪਾਣੀ ਦੀ ਬਹੁਤ ਵੱਡੀ ਕਮੀ ਹੈਗੀ ਆ ਪੰਜਾਬ ਜਿਹੜਾ ਆਪ ਪਾਣੀ ਦੀ ਲਈ ਤਰਸ ਰਿਹਾ ਉਹਨਾਂ ਨੂੰ ਪਾਣੀ ਦੀ ਆਪ ਲੋੜ ਹੈਗੀ ਐ ਇਸ ਕਰਕੇ ਪਾਣੀ ਜਿਹੜਾ ਉਹ ਹਰਿਆਣੇ ਨੂੰ ਨਹੀਂ ਦਿੱਤਾ ਜਾਵੇਗਾ ਆ ਐਸਆਈਐਲ ਦਾ ਜਿਹੜਾ ਕੇਸ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਗਿਆ ਸੀ ਸੁਪਰੀਮ ਕੋਰਟ ਦੇ ਟਰਬਿਊਨਲ ਨੇ ਕਿਹਾ ਜੀ ਕਿ ਇਹ ਦੋਵੇਂ ਸਰਕਾਰਾਂ ਪੰਜਾਬ ਅਤੇ ਹਰਿਆਣਾ ਜਿਹੜਾ ਆਪ ਇਸ ਤੇ ਉੱਪਰ ਫੈਸਲਾ ਕਰਨ ਪਾਣੀ ਦੇਣਾ ਕਿ ਨਹੀਂ ਦੇਣਾ ਅਜੇ ਵੀ ਇਹ ਜਿਹੜਾ ਕੇਸ ਹੈ ਇਹ ਅਜੇ ਵੀ ਪੈਂਡਿੰਗ ਹੈ ਪਰ ਕੀ ਐਸਵਾਈਐਲ ਦਾ ਜਿਹੜਾ ਪਾਣੀ ਹੈ ਉਸ ਦੀ ਗੱਲ ਤੇ ਵਿੱਤ ਮੰਤਰੀ ਵੱਲੋਂ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਪਾਣੀ ਦੀ ਕਮੀ ਹੈ ਇਸ ਕਰਕੇ ਅਸੀਂ ਹਰਿਆਣੇ ਨੂੰ ਇੱਕ ਬੂੰਦ ਨਹੀਂ ਦੇਵਾਂਗੇ ਪਰ ਦੂਸਰੇ ਪਾਸੇ ਜਿਹੜਾ ਆਲਰੇਡੀ 75% ਪੰਜਾਬ ਦਾ ਪਾਣੀ ਜਿਹੜਾ ਉਹ ਰਾਜਸਥਾਨ ਨੂੰ ਜਾ ਰਿਹਾ ਹੈ ਉਹ ਦੂਸਰੇ ਪਾਸੇ ਦਿੱਲੀ ਨੂੰ ਜਾ ਰਿਹਾ ਸੋ ਉਸ ਪਾਣੀ ਦੀ ਗੱਲ ਜਿਹੜੀ ਹੈ ਉਹ ਕਿਉਂ ਨਹੀਂ ਕੀਤੀ ਜਾ ਰਹੀ ਵਿੱਤ ਮੰਤਰੀ ਵੱਲੋਂ ਕਿਉਂ ਨਹੀਂ ਇਹ ਗੱਲ ਕਹੀ ਜਾ ਰਹੀ ਕਿ ਜੋ ਸਾਡਾ ਪਾਣੀ ਜਿਹੜਾ ਪੰਜਾਬ ਦਾ ਪਾਣੀ ਹੈ ਉਹ ਫ੍ਰੀ ਦੇ ਵਿੱਚ ਦੂਸਰੇ ਸੂਬਿਆਂ ਨੂੰ ਦਿੱਤਾ ਜਾ ਰਿਹਾ ਹੈ ਫਰੀ ਦੇ ਵਿੱਚ ਨਾ ਹੀ ਉਸ ਦੀ ਕੋਈ ਪੈਸਾ ਲਿਆ ਜਾ ਰਿਹਾ ਹੈ ਨਾ ਹੀ ਉਸ ਦੀ ਕੋਈ ਰੌਲਟੀ ਜਿਹੜੀ ਹੈ ਉਹ ਲਈ ਜਾ ਰਹੀ ਹੈ ਔਰ ਜੇ ਅਸੀਂ ਗੱਲ ਕਰੀਏ ਕਿ ਜਦੋਂ ਇਹ ਬਜਟ ਸੈਸ਼ਨ ਹੋਇਆ ਬਜਟ ਸੈਸ਼ਨ ਦੇ ਵਿੱਚ ਇੱਕ ਵੱਡਾ ਬਜਟ ਜਿਹੜਾ ਉਹ ਉਹਨਾਂ ਨਹਿਰਾਂ ਨੂੰ ਪੱਕਿਆਂ ਕਰਨ ਦੇ ਲਈ ਜਿਹੜਾ ਕਿ ਉਹ ਬਜਟ ਦੇ ਵਿੱਚ ਉਸ ਸੈਸ਼ਨ ਦੇ ਵਿੱਚ ਤਿਆਰ ਕੀਤਾ ਗਿਆ ਕਿ ਜਿਹੜਾ ਪਾਣੀ ਜਿਹੜਾ ਪੰਜਾਬ ਦਾ ਪਾਣੀ ਨਹਿਰਾਂ ਦੇ ਰਾਹੀਂ ਹਰੀਕੇ ਪੱਤਨ ਤੋਂ ਡਾਇਵਰਜਨ ਕਰਕੇ ਜਿਹੜਾ ਪਾਣੀ ਆ ਉਹ ਸਿੱਧਾ ਇੰਦਰਾ ਗਾਂਧੀ ਕਨਾਲ ਫੀਡਰ ਦੇ ਰਾਹੀਂ ਜਿਹੜਾ ਉਹ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਉਹਨਾਂ ਨਹਿਰਾਂ ਨੂੰ ਪੱਕਿਆਂ ਕਰਨ ਦੀ ਗੱਲਬਾਤ ਕੀਤੀ ਜਾ ਰਹੀ ਆ ਪਹਿਲਾਂ ਇਹ ਨਹਿਰਾਂ ਜਿਹੜੀਆਂ ਇਹ ਕੱਚੀਆਂ ਸੀਗੀਆਂ ਇਹਨਾਂ ਕੱਚੀਆਂ ਨਹਿਰਾਂ ਦੇ ਵਿੱਚੋਂ ਲੋਕ ਜਿਹੜੇ ਆ ਉਹ ਆਪਣੇ ਪਾਣੀ ਦੀ ਕੱਢਣ ਦੀ ਕੋਸ਼ਿਸ਼ ਕਰਦੇ ਸੀ ਜਾਂ ਪਾਣੀ ਨੂੰ ਚੋਰੀ ਕਰਦੇ ਆ ਕਹਿ ਸਕਦੇ ਆ ਕਿ ਜਦੋਂ ਪਾਣੀ ਦੀ ਕਮੀ ਆ ਤੇ ਲੋਕ ਲਾ ਕੇ ਜਨਰੇਟਰ ਲਾ ਕੇ ਉਹ ਨਹਿਰਾਂ ਦੇ ਵਿੱਚੋਂ ਚੱਲਦੀ ਨਹਿਰ ਦੇ ਵਿੱਚੋਂ ਪਾਣੀ ਜਿਹੜਾ ਉਹ ਖਿੱਚਦੇ ਸੀ ਜਾਂ ਫਿਰ ਦੂਸਰੇ ਪਾਸੋਂ ਲੋਕ ਕੀ ਕਰਦੇ ਸੀ ਕਿ ਉਹਨਾਂ ਨੇ ਸੁਰੰਗਾਂ ਕਰਾ ਕੇ ਜਾਂ ਪਾਈਪਾਂ ਜਿਹੜੀਆਂ ਉਹ ਡ੍ਰਿੱਲ ਕਰਕੇ ਤੇ ਪਾਣੀ ਨਹਿਰ ਦੇ ਵਿੱਚੋਂ ਕੱਢ ਕੇ ਆਪਣੀਆਂ ਜ਼ਮੀਨਾਂ ਦੇ ਵਿੱਚ ਯੂਜ਼ ਕਰਨ ਦੀ ਗੱਲਬਾਤ ਜਿਹੜੀ ਆ ਉਹ ਸਮੇਂ-ਸਮੇਂ ਦੇ ਉੱਪਰ ਸਾਹਮਣੇ ਆਂਦੀ ਰਹੀ ਹੈ ਪਰ ਹੁਣ ਉਹਨਾਂ ਨੇ ਕਿਹਾ ਜੀ ਕਿ ਜਿਹੜਾ ਪੰਜਾਬ ਦਾ ਪਾਣੀ ਹੈ ਉਹ ਇੱਕ ਬੂੰਦ ਵੀ ਪੰਜਾਬ ਤੱਕ ਨਾਰਵੇ ਉਸ ਤੇ ਲਈ ਇੱਕ ਵੱਡਾ ਉਹਨਾਂ ਨੇ ਜਿਹੜਾ ਬਜਟ ਹੈ ਉਹ ਪਾਸ ਕੀਤਾ ਕਿ ਇਹ ਜੋ ਨਹਿਰਾ ਜਿਨ੍ਹਾਂ ਦੇ ਰਾਹੀਂ ਪੰਜਾਬ ਦਾ ਪਾਣੀ ਜਿਹੜਾ ਉਹ ਦੂਸਰੇ ਸੂਬਿਆਂ ਨੂੰ ਜਾ ਰਿਹਾ ਉਹਨਾਂ ਸੂਬਿਆਂ ਨੂੰ ਜਿਹੜਾ ਕਿ ਪਾਣੀ ਠੀਕ ਤਰੀਕੇ ਦੇ ਨਾਲ ਪਹੁੰਚ ਸਕੇ ਉਹਦੇ ਲਈ ਇਹਨਾਂ ਨੇ ਆਪਣਾ ਪੈਸਾ ਲਾ ਕੇ ਇਹਨਾਂ ਨਹਿਰਾਂ ਨੂੰ ਪੱਕਿਆ ਕਰਨ ਦੀ ਗੱਲਬਾਤ ਕੀਤੀ ਆ ਵਿਤਮંત્રી ਹੋਰਾਂ ਨੇ ਇਹ ਨਹੀਂ ਕਿਹਾ ਕਿ ਜਿਹੜਾ ਪੰਜਾਬ ਦਾ ਪਾਣੀ ਆਲਰੇਡੀ 75% ਪਾਣੀ ਜਿਹੜਾ ਉਹ ਦੂਸਰੇ ਸੂਬਿਆਂ ਨੂੰ ਜਾ ਰਿਹਾ ਉਹਨਾਂ ਪਾਣੀਆਂ ਨੂੰ ਰੋਕਿਆ ਜਾਏ ਉਹਨਾਂ ਪਾਣੀਆਂ ਦੇ ਉੱਪਰ ਕੋਈ ਫੈਸਲਾ ਕੀਤਾ ਜਾਏ ਤੇ ਫੇਰ ਪੰਜਾਬ ਦੇ ਪਾਣੀ ਨੂੰ ਰੋਕ ਕੇ ਪੰਜਾਬ ਦੇ ਲੋਕਾਂ ਤੱਕ ਜਿਹੜਾ ਉਹ ਪਹੁੰਚਾਇਆ ਜਾਏ ਸੋ ਇਹ ਬਿਲਕੁਲ ਜਿਹੜੀਆਂ ਗੱਲਾਂ ਕਰਨੀਆਂ ਕਿ ਅਸੀਂ ਐਸਵਾਈਐਲ ਦਾ ਨਹਿਰ ਦਾ ਪਾਣੀ ਨਹੀਂ ਦੇਵਾਂਗੇ ਪਰ ਦੂਸਰੇ ਪਾਸੇ ਜਿਹੜਾ ਪਾਣੀ ਜਾ ਰਿਹਾ ਉਸ ਦੇ ਉੱਪਰ ਗੱਲ ਕਿਉਂ ਨਹੀਂ ਕੀਤੀ ਜਾ ਰਹੀ ਕਿਉਂ ਉਸ ਪਾਣੀ ਨੂੰ ਨਹੀਂ ਰੋਕਿਆ ਜਾ ਰਿਹਾ ਸਮਾ ਜਿਹੜਾ ਆਪਾਂ ਨੂੰ ਹੋਰ ਇਜਾਜ਼ਤ ਨਹੀਂ ਦਿੰਦਾ ਫਿਰ ਅਸੀਂ ਤੁਹਾਡੇ ਨਾਲ ਡੈਫੀਨੇਟਲੀ ਇਸ ਮੁੱਦੇ ਦੇ ਉੱਪਰ ਕਿਸੇ ਦਿਨ ਡਿਟੇਲ ਦੇ ਵਿੱਚ ਪੂਰੀ ਗੱਲਬਾਤ ਜਿਹੜੀ ਆ ਉਹ ਕਰਾਂਗੇ ਮੈਨੂੰ ਦਿਓ ਤੁਸੀਂ ਇਜਾਜ਼ਤ ਮੈਂ ਤੁਹਾਡੇ ਨਾਲ ਫਤਿਹ ਦੀ ਸਾਂਝ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ